वाहेगुरु जी का खालसा, वाहेगुरु जी की फतेह। संगत टीवी अते सिख नैटवर्क देख रहे सारे दर्शकों लई अज असी कौमी मसले प्रोग्राम का 16वां भाग लैके हाजिर हाँ। अज दा साडा विशा गदर लहर है, जिसने इतिहास के पन्नियां दे विच अपना निवेकला स्थान हासिल किया है। अज असी गदर लहर की उत्पत्ति, विकास अते उस दे पिछोकड़ बारे विस्थार नाल चानना पावांगे। इस गलबात लई अज साडे स्टूडियो विच मौजूद हन सरदार राजविंदर सिंह जी राही। राजविंदर सिंह जी राही ने हुण तक गदर लहर ते 3 किताबां लिखियां हन, गदर लहर दी असल गाथा भाग 1, भाग 2 अते मेरी राम कहानी बाबा सोहण सिंह भकना जी दी। चौथी किताब गदर लहर दी असल गाथा भाग 3 बहुत ही जल्द वह पाठकां विच पेश करनगे। सरदार राजविंदर सिंह राही जी, ਤੁਹਾਡਾ ਕੌਮੀ ਮਸਲੇ ਪ੍ਰੋਗਰਾਮ ਤੇ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਈ ਸਾਹਿਬ, ਜਿਵੇਂ ਸਾਰੇ ਜਾਣਦੇ ਨੇ ਵੀ ਗਦਰ ਲਹਿਰ ਦੀ ਜਿਹੜੀ ਸ਼ੁਰੂਆਤ ਹੈ ਉਹ ਵਿਦੇਸ਼ਾਂ ਵਿੱਚੋਂ ਹੋਈ, ਪਰ ਇਹ ਗਦਰ ਲਹਿਰ ਦੀ ਸ਼ੁਰੂਆਤ, ਇਸ ਦੇ ਕਾਰਨ, ਇਹ ਜਿਹੜੇ ਇਸ ਸੰਬੰਧ ਦੇ ਵਿੱਚ ਜਿਹੜੇ ਲੋਕ ਜੁੜੇ ਹੋਏ ਸੀ ਉਹਨਾਂ ਦਾ ਪਿਛੋਕੜ ਕੀ ਸੀ, ਪੰਜਾਬ ਤੋਂ, ਭਾਰਤ ਤੋਂ ਉਹਨਾਂ ਦੇ ਉੱਥੇ ਜਾਣ ਦੇ ਕਾਰਨ ਕੀ ਸੀਗੇ, ਕਿਹਨਾਂ ਹਾਲਾਤਾਂ ਦੇ ਵਿੱਚ ਉੱਥੇ ਗਏ? ਦੇਖੋ ਜੀ, ਗਦਰ ਲਹਿਰ ਦੀ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਜਾਂ ਗਦਰੀ ਬਾਬਿਆਂ ਦਾ ਨਾਂ ਲੈਂਦੇ ਹਾਂ ਤਾਂ ਮਨ ਦੇ ਵਿੱਚ ਇੱਕ ਬੜੀ ਪਵਿੱਤਰ ਭਾਵਨਾ ਪੈਦਾ ਹੋ ਜਾਂਦੀ ਹੈ। ਤਾਂ ਮਨ ਦੇ ਵਿੱਚ ਸਾਡਾ ਜਿਹੜਾ ਸਿਰ ਹੈ ਉਹ ਸ਼ਰਧਾ ਨਾਲ ਝੁਕ ਜਾਂਦਾ ਜੀ। ਸੋਚਦੇ ਹਾਂ ਉਹ ਕਿਹੋ ਜਿਹਾ ਇਨਸਾਨ ਸੀ ਜਿਹੜੇ ਪੰਜਾਬ ਦੀ ਧਰਤੀ ਤੋਂ ਗਏ, ਉੱਥੇ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਹੋਇਆ ਜੀ, ਆਜ਼ਾਦੀ ਦਾ ਜਜ਼ਬਾ ਜਾਗਿਆ ਅਤੇ ਮੁਲਕ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਉਹ ਸਿਰਾਂ 'ਤੇ ਖੱਪਣ ਬੰਨ ਕੇ ਪੰਜਾਬ ਵੱਲ ਪਰਤੇ ਜੀ। ਜਦੋਂ ਤੁਸੀਂ ਗੱਲ ਲਹਿਰ ਦੀ ਸ਼ੁਰੂ ਕੀਤੀ ਹੈ, ਇਹ ਲਹਿਰ ਬਾਰੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਇਹ ਗੱਲ ਵੀ ਸਾਨੂੰ ਰੱਖਣੀ ਚਾਹੀਦੀ ਹੈ ਕਿ ਜਿੰਨਾ ਵਿਗਾੜ ਗਦਰ ਲਹਿਰ ਦੇ ਵਿੱਚ ਪੈਦਾ ਹੋਇਆ, ਗਦਰ ਲਹਿਰ ਦੇ ਇਤਿਹਾਸਕਾਰੀ 'ਚ ਪੈਦਾ ਹੋਇਆ, ਜਿਸ ਤਰ੍ਹਾਂ ਦੀ ਪੇਸ਼ਕਾਰੀ ਇਹਦੀ ਗਲਤ ਢੰਗ ਨਾਲ ਹੁਣ ਤੱਕ ਹੋਈ ਹੈ, ਉਹ ਬਹੁਤ ਗਲਤ ਢੰਗ ਨਾਲ ਹੋਈ ਆ, ਉਹ ਲਹਿਰ ਨਾਲ ਨਿਆਂ ਨਹੀਂ ਹੋ ਸਕਿਆ। ਠੀਕ ਹੈ ਜੀ। ਸੋ ਜਦੋਂ ਹੁਣ ਤੁਸੀਂ ਗੱਲ ਗਦਰ ਲਹਿਰ ਦੀ, ਇਹ ਬਹੁਤ ਮੌਕਾ ਅਹਿਮ ਹੈ ਕਿਉਂ ਗਦਰ ਲਹਿਰ ਨੂੰ ਸ਼ੁਰੂ ਹੋਇਆ, ਜਦੋਂ ਸ਼ੁਰੂ ਹੋਈ ਆ ਉਹ 1913 ਦੇ ਵਿੱਚ ਅਮਰੀਕਾ ਦੀ ਧਰਤੀ 'ਤੇ ਸ਼ੁਰੂ ਹੋਈ ਸੀ। ਪਰ ਇਸ ਦੇ ਅਗਰ ਥੋੜ੍ਹਾ ਹੋਰ ਆਪਾਂ ਪਿੱਛੇ ਜਾਈਏ ਤਾਂ ਜਿਹੜੇ ਲੋਕ ਸੀ ਗਦਰ ਲਹਿਰ ਦੇ ਵਿੱਚ ਜਿਨ੍ਹਾਂ ਨੇ ਵੱਧ ਕੇ ਸ਼ਮੂਲੀਅਤ ਕੀਤੀ, ਉਹ ਕਿਸ ਖਿੱਤੇ ਨਾਲ ਸੰਬੰਧਿਤ ਸੀਗੇ ਅਤੇ ਉਹ ਕਿਹਨਾਂ ਕਾਰਨਾਂ ਕਰਕੇ ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਸੀਗੇ? ਇਹ ਜੀ, ਜਦੋਂ ਗਦਰ ਲਹਿਰ ਦੀ ਗੱਲ ਹੁੰਦੀ ਆ ਹੁਣ ਤੱਕ ਦੇ ਇਤਿਹਾਸਕਾਰਾਂ ਵੱਲੋਂ ਤਾਂ ਉਹ ਕਹਿੰਦੇ ਨੇ ਭਾਰਤੀਆਂ ਦੀ ਲਹਿਰ ਸੀ, ਇਹ ਭਾਰਤੀ ਸੀ, ਹਿੰਦੁਸਤਾਨੀ ਸੀ, ਹਿੰਦੀ ਸੀ, ਇਹਨਾਂ ਬਾਰੇ ਤਿੰਨੇ ਗੱਲਾਂ ਕੀਤੀਆਂ ਜਾਂਦੀਆਂ ਨੇ। ਪਰ ਜਦੋਂ ਗਦਰ ਲਹਿਰ ਦਾ ਇਤਿਹਾਸ, ਇਹਦਾ ਪਿਛੋਕੜ, ਉਹਦਾ ਸਾਰਾ ਆਪਾਂ ਵਿਸਥਾਰ ਨਾਲ ਜਾਣਦੇ ਹਾਂ ਤਾਂ ਇਹ ਜਿਹੜੇ ਲੋਕ ਸੀ ਕਨੇਡਾ ਅਮਰੀਕਾ ਦੀ ਧਰਤੀ 'ਤੇ ਗਏ ਜੀ, ਇਹ ਪੰਜਾਬੀ ਸੀ ਜੀ ਪਹਿਲੇ ਨੰਬਰ 'ਤੇ। ਦੂਜੇ ਨੰਬਰ 'ਤੇ ਜਿਹੜਾ ਸਭ ਤੋਂ ਵੱਡੀ ਗੱਲ ਆ, ਇਹ ਸਿੱਖ ਸੀ ਜਿਹੜੇ ਉੱਥੇ ਗਏ ਨੇ, ਉਹਨਾਂ ਦੇ ਵਿੱਚੋਂ 90% ਪੰਜਾਬੀ ਸੀ ਅਤੇ ਪੰਜਾਬੀਆਂ ਦੇ ਵਿੱਚੋਂ ਹੀ ਇਹ ਸਿੱਖ ਸੀ, ਸਾਰੇ ਸਿੱਖ ਕਿਸਾਨੀ ਨਾਲ ਸੰਬੰਧਿਤ ਸੀ। ਇਹਦੇ ਵਿੱਚ ਇੱਕ ਅਹਿਮ ਤੱਥ ਹੋਰ ਵੀ ਆ ਕਿ ਜਿਹੜੇ ਇਹ ਸਿੱਖ ਕਿਸਾਨੀ ਨਾਲ ਸੰਬੰਧਿਤ ਇਨਸਾਨ ਉੱਥੇ ਗਏ, ਗੁਰਮੁਖ ਬੰਦੇ ਗਏ, ਉਹਨਾਂ ਦੇ ਵਿੱਚੋਂ 70% ਸਾਬਕਾ ਫੌਜੀ ਸੀ। ਅੱਛਾ ਜੀ। ਉਹਨਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਗਰੇਜ਼ਾਂ ਦੀਆਂ ਫੌਜਾਂ 'ਚ ਨੌਕਰੀ ਕੀਤੀ ਹੋਈ ਸੀ, ਜਾਂ ਤਾਂ ਉੱਥੋਂ ਰਿਟਾਇਰਮੈਂਟ ਲਈ ਹੋਈ ਸੀ ਜਾਂ ਉਹਨਾਂ ਨੇ ਆਪਣੀ ਨੌਕਰੀ ਦੌਰਾਨ ਹੀ ਨਾਂ ਕਟਾਇਆ ਹੋਇਆ ਸੀ ਜੀ। ਇਸ ਕਰਕੇ ਸਭ ਤੋਂ ਪਹਿਲਾਂ ਜਦੋਂ ਸਾਨੂੰ ਇਹ ਗੱਲ ਗਦਰ ਲਹਿਰ ਦੀ ਗੱਲ ਕਰਨੀ ਪਊਗੀ ਤਾਂ ਇਹ ਮੰਨ ਕੇ ਚੱਲਣਾ ਪਊਗਾ ਕਿ ਜਦੋਂ ਅਸੀਂ ਗੱਲ ਨਾਮਕਰਨ ਦੀ ਗੱਲ ਕਰਾਂਗੇ ਲਹਿਰ ਦੀ ਜੀ, ਤਾਂ ਉਹ ਪੰਜਾਬ ਤੋਂ ਗਏ ਹੋਏ ਸਿੱਖ ਸੀ ਜੀ ਜਿਹੜੇ ਕੈਨੇਡਾ ਅਤੇ ਅਮਰੀਕਾ ਦੀ ਧਰਤੀ 'ਤੇ ਸਭ ਤੋਂ ਪਹਿਲਾਂ ਪਹੁੰਚੇ ਨੇ। ਠੀਕ ਹੈ ਜੀ। ਅਤੇ ਜਿਨ੍ਹਾਂ ਨੇ ਉੱਥੇ ਜਾ ਕੇ ਆਪਣਾ ਕਾਰੋਬਾਰ ਕੰਮ ਕਾਰ ਕੀਤਾ ਜੀ। ਰਹੀ ਗੱਲ ਜਿਹੜਾ ਤੁਹਾਡਾ ਸਵਾਲ ਆ ਕਿ ਉਹ ਲੋਕ ਕਿੰਨਾ ਹਾਲਤਾਂ ਵਿੱਚ ਗਏ, ਕਿਸ ਕਾਰਨ ਗਏ ਜੀ, ਬਿਲਕੁਲ। ਸਭ ਤੋਂ ਪਹਿਲੀ ਗੱਲ ਤਾਂ ਇਹ, ਜਦੋਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਤੱਥ ਆ ਕਿ ਉਹਨਾਂ ਦੇ ਵਿੱਚੋਂ ਸਾਬਕਾ ਫੌਜੀ ਸੀ ਜਿਹਦੇ ਦੀ ਗਿਣਤੀ 70% ਦੇ ਨੇੜੇ ਬਣਦੀ ਹੈ। ਅੱਛਾ ਜੀ। ਕੈਨੇਡਾ ਅਮਰੀਕਾ ਦੀ ਧਰਤੀ 'ਤੇ ਜਿਹੜੇ ਪਹੁੰਚਣ ਵਾਲੇ ਪੰਜਾਬੀ ਸੀ ਜੀ, ਉਹਨਾਂ ਦੇ ਵਿੱਚੋਂ 90% ਸਿੱਖ ਸਨ, ਤਾਂ 90% ਸਿੱਖਾਂ ਦੇ ਵਿੱਚੋਂ 70% ਫੌਜੀ ਸਨ। ਠੀਕ ਹੈ ਜੀ। ਉਹ ਜਦੋਂ ਫੌਜ ਦੇ ਵਿੱਚ ਨੌਕਰੀ ਕਰਦੇ ਸੀ, ਸਭ ਤੋਂ ਪਹਿਲਾਂ ਉਹਨੂੰ ਗੁਲਾਮੀ ਦਾ ਅਹਿਸਾਸ ਇੱਥੇ ਪੈਦਾ ਹੋਇਆ। ਠੀਕ ਹੈ ਜੀ। ਕਿ ਜੋ ਅਸੀਂ ਅੰਗਰੇਜ਼ਾਂ ਦੀ ਨੌਕਰੀ ਕਰਦੇ ਹਾਂ, ਚਾਕਰੀ ਆ, ਜਿਹੜੇ ਗੋਰੇ ਫੌਜੀ ਆ ਉਹਨਾਂ ਦਾ ਵਰਤਾਵ ਹੋਰ ਹੁੰਦਾ,
ਦੇਸੀ ਫੌਜੀਆਂ ਨਾਲ ਵਰਤਾਅ ਹੋ ਹੁੰਦਾ। ਇੱਥੋਂ ਹੀ ਉਹਨਾਂ ਦੇ ਮਨ ਦੇ ਵਿੱਚ ਗੁਲਾਮੀ ਦੀ ਇੱਕ ਸਿਲਤਰ ਪੈਦਾ ਹੋਈ, ਸਿਲਤਰ ਚੁਭੀ, ਗੁਲਾਮੀ ਦਾ ਅਹਿਸਾਸ ਹੋਇਆ, ਜਿਸ ਦੇ ਕਾਰਨ ਉਹ ਨੌਕਰੀਆਂ ਛੱਡ ਕੇ ਇੱਥੋਂ ਚੰਗੀ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਜਾਂ ਆਜ਼ਾਦੀ ਦੀ ਤਲਾਸ਼ ਵਿੱਚ ਵੀ ਉੱਥੇ ਖੁੱਲ੍ਹਾ ਡੁੱਲਾ ਮਾਹੌਲ ਆ, ਉੱਥੇ ਉਜਰਤ ਵੀ ਚੰਗੀ ਆ, ਪੈਸਾ ਧੇਲਾ ਵੀ ਵਧੀਆ ਬਣਦਾ, ਤੇ ਜਿਹਦੇ ਨਾਲ ਕੋਈ ਮਾਹੌਲ ਵੀ ਆਜ਼ਾਦ ਆ। ਪਰ ਇਹਦੇ ਵਿੱਚ ਇੱਕ ਹੋਰ ਗੱਲ ਸਵਾਲ ਖੜਾ ਹੁੰਦਾ ਹੈ ਵੀ ਭਾਰਤ ਦੇ ਵਿੱਚ ਉਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਅਤੇ ਇੱਥੋਂ ਦੀ ਉਹ ਕੈਨੇਡਾ ਦੀ ਧਰਤੀ 'ਤੇ ਜਾਂਦੇ ਨੇ ਅਤੇ ਉੱਥੇ ਵੀ ਅੰਗਰੇਜ਼ ਸਰਕਾਰ ਹੀ ਸੀ ਅਤੇ ਉੱਥੇ ਜਾ ਕੇ ਉਹਨਾਂ ਨੂੰ ਕਿਵੇਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਇੱਥੇ ਦੇ ਤਰ੍ਹਾਂ ਹੀ ਸੀਗੀਆਂ ਕਿ ਉੱਥੇ ਉਹਨਾਂ ਲਈ ਨਵੀਆਂ ਔਕੜਾਂ ਸੀਗੀਆਂ? ਨਹੀਂ ਜੀ, ਬਿਲਕੁਲ ਇਹ ਜ਼ਮੀਨ ਅਸਮਾਨ ਦਾ ਫਰਕ ਸੀ। ਗੁਲਾਮੀ ਤਾਂ ਇੱਕੋ ਜਿਹੀ ਸੀਗੀ ਜੀ, ਜਿਹੜੀ ਗੁਲਾਮੀ ਆ, ਪਰ ਜਿਹੜੀਆਂ ਸੱਭਿਆਚਾਰਕ ਹਾਲਤਾਂ ਸੀਗੀਆਂ ਅਤੇ ਧਰਮ ਦੀਆਂ ਹਾਲਤਾਂ ਸੀ, ਉਹਨਾਂ ਦਾ ਬਹੁਤ ਵੱਡਾ ਅੰਤਰ ਸੀ। ਇੱਥੋਂ ਜਿਹੜੇ ਲੋਕ ਨੇ, ਆਪਾਂ ਪਹਿਲਾਂ ਤੱਥ ਦੇ ਤੌਰ 'ਤੇ ਇਹ ਗੱਲ ਸਥਾਪਿਤ ਕਰ ਚੁੱਕੇ ਹਾਂ ਵੀ ਉਹਨਾਂ 'ਚੋਂ 90% ਸਿੱਖ ਸਨ ਅਤੇ ਜਿਹਦੇ ਵਿੱਚੋਂ 70% ਫੌਜੀ ਸਨ। ਠੀਕ ਹੈ, ਜਿਹੜੇ ਫੌਜੀ ਸਨ ਉਹ ਇਹ ਤਾਂ ਆਪਾਂ ਨੂੰ ਮੰਨ ਕੇ ਚੱਲਣਾ ਪਊ ਕਿ ਫੌਜ ਦੀ ਨੌਕਰੀ ਕਰਦਿਆਂ ਹੋਇਆਂ ਉਹ ਬਹੁਤ ਜ਼ਿਆਦਾ ਚੇਤਨ ਹੋ ਚੁੱਕੇ ਸੀ, ਹੋ ਚੁੱਕੇ ਸੀ। ਉਹ ਸਧਾਰਨ ਪੇਂਡੂ ਕਿਸਾਨ ਨਹੀਂ ਸੀ, ਉਹਨਾਂ ਨੇ ਫੌਜ ਦੀ ਨੌਕਰੀ ਕਰਦਿਆਂ ਇੱਕ ਨਵਾਂ ਅਨੁਭਵ ਹਾਸਿਲ ਕੀਤਾ ਸੀ, ਉਹਨਾਂ ਕੋਲ ਇੱਕ ਨਵੇਂ ਸੱਭਿਆਚਾਰ 'ਚ ਵਿਚਰੇ ਸੀ ਫੌਜ ਦੇ 'ਚ, ਸੈਲਫ ਡਿਸਿਪਲਿਨ, ਅਨੁਸ਼ਾਸਨ ਅਤੇ ਆਪਣੀ ਜਿਹੜੀ ਸੋਧ ਬੋਧ ਦੇ ਆਪਣੇ ਪੂਰਨ ਤੌਰ 'ਤੇ ਆਪਣੇ ਬਾਰੇ 'ਚ, ਪਹਿਰਾਵੇ ਬਾਰੇ, ਆਪਣੇ ਕਾਰਾਂ ਬਾਰੇ ਉਹ ਪੂਰਨ ਤੌਰ 'ਤੇ ਚੇਤਨ ਸੀ। ਦੂਜੀ ਗੱਲ, ਫੌਜ 'ਚ ਰਹਿੰਦਿਆਂ ਹੋਇਆਂ ਉਹ ਸਿੱਖੀ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸੀ, ਕਿਉਂਕਿ ਫੌਜ ਦੇ ਵਿੱਚ ਅੰਗਰੇਜ਼ਾਂ ਦੇ ਵਿੱਚੋਂ, ਨੋਟ ਕਰਨ ਵਾਲੀ ਗੱਲ ਇਹ ਸੀ ਵੀ ਫੌਜ ਦੇ ਵਿੱਚੋਂ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸਿੱਖ ਫੌਜਾਂ ਦੇ ਵਿੱਚ ਆਪਣੇ ਪਹਿਰਾਵੇ ਨੂੰ, ਸਰੂਪ ਨੂੰ, ਆਪਣੇ ਕਕਾਰਾਂ ਨੂੰ ਬਰਕਰਾਰ ਰੱਖਣ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਉਹ ਲੋਕ ਸਿੱਖੀ ਨਾਲ ਜੁੜੇ ਹੋਏ ਸੀ ਅਤੇ ਆਪਣੇ ਗੁਰਮਤ ਵਿਚਾਰਾਂ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸੀ ਜਿਹੜੇ ਲੋਕ ਉੱਥੇ ਗਏ ਨੇ। ਇਹ ਗੱਲ ਵੀ ਧਿਆਨ 'ਚ ਰੱਖਣ ਵਾਲੀ ਜਾ ਕੇ ਉਹਨਾਂ ਨੂੰ ਕਿਵੇਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈਗਾ ਵਿਦੇਸ਼ ਦੀ ਧਰਤੀ 'ਤੇ? ਹਾਂਜੀ, ਇਹ ਅਹਿਮ ਸਵਾਲ ਆ ਤੁਹਾਡਾ, ਕਿਉਂਕਿ ਜਦੋਂ ਉਹ ਗਏ ਨੇ ਤਾਂ ਉਹਨਾਂ ਲਈ ਜਿਹੜੀ ਉਹ ਧਰਤੀ ਹੀ ਬੇਗਾਨੀ ਨਹੀਂ ਸੀ, ਉਹਨਾਂ ਲਈ ਬੋਲੀ ਵੀ ਬੇਗਾਨੀ ਸੀ, ਉਹਨਾਂ ਲਈ ਉੱਥੋਂ ਦਾ ਧਰਮ ਵੀ ਬੇਗਾਨਾ ਸੀ, ਉੱਥੋਂ ਦਾ ਸੱਭਿਆਚਾਰ ਵੀ ਬੇਗਾਨਾ ਸੀ, ਪਰ ਸਰਕਾਰ ਤਾਂ ਬੇਗਾਨੀ ਹੋਣੀ ਹੋਣੀ ਸੀ ਜੀ, ਸਰਕਾਰਾਂ ਵੀ ਬੇਗਾਨੀਆਂ ਸੀ। ਜਿਹੜਾ ਸਭ ਤੋਂ ਪਹਿਲਾਂ ਜਾ ਕੇ ਉੱਥੇ ਜਿਹੜੇ ਸਭ ਤੋਂ ਪਹਿਲਾਂ ਔਕੜਾਂ ਦਾ ਪੇਸ਼ ਆਇਆ ਜੀ, ਉਹ ਉਹਨਾਂ ਦੇ ਧਰਮ ਅਤੇ ਸੱਭਿਆਚਾਰ ਨਾਲ ਸੰਬੰਧਿਤ ਔਕੜਾਂ ਪੇਸ਼ ਆਈਆਂ। ਅੱਛਾ ਜੀ, ਅਰਥਕ ਔਕੜ ਨਹੀਂ ਪੇਸ਼ ਆਏ, ਸੱਭਿਆਚਾਰਕ ਸੱਭਿਆਚਾਰ ਅਤੇ ਧਰਮ। ਠੀਕ ਹੈ ਜੀ, ਅਰਥਕ ਔਕੜ ਤਾਂ ਇਸ ਵੀ ਇਹ ਪੰਜਾਬ ਤੋਂ ਗਏ ਹੋਏ ਸਿੱਖ ਕਿਸਾਨ ਸੀ, ਸਰੀਰਕ ਤੌਰ 'ਤੇ ਰਿਸ਼ਟ ਫੋਸ਼ਟ ਸੀ, ਫੌਜਾਂ ਵਿੱਚ ਉਹਨੇ ਨੌਕਰੀਆਂ ਕੀਤੀਆਂ ਹੋਈਆਂ ਸੀਗੀਆਂ, ਜਿਹਦੇ ਕਾਰਨ ਉਹ ਸਰੀਰਕ ਤੌਰ 'ਤੇ ਰਿਸ਼ਟ ਫੋਸ਼ਟ ਹੋਣ ਕਰਕੇ ਕੈਨੇਡਾ ਦੇ ਵਿੱਚ ਜਿਹੜੀਆਂ ਫੈਕਟਰੀਆਂ ਸੀ, ਜ਼ਿਆਦਾਤਰ ਉਹ ਲੰਬਰ ਮਿੱਲਾਂ, ਲੱਕੜ ਦੀਆਂ ਮਿੱਲਾਂ ਜੀ, ਉਹਨੂੰ ਭੱਜ ਕੇ ਨੌਕਰੀ ਦਿੰਦੇ ਸੀ। ਅੱਛਾ ਜੀ, ਅਸੀਂ ਬਾਬੇ ਦੀਆਂ ਲਿਖਤਾਂ ਵਿੱਚੋਂ ਪੜ੍ਹਦੇ ਹਾਂ ਵੀ ਜਿਹੜੇ ਕੰਮ ਨੂੰ ਪੰਜ ਪੰਜ ਗੋਰੇ ਕਰਦੇ ਸੀ, ਗੇਲੀਆਂ ਨੂੰ ਲੱਕੜਾਂ ਦੇਣ, ਉਹ ਇਕੱਲਾ ਇਕੱਲਾ ਸਿੱਖ ਤੂੰ ਹੀ ਫਿਰਦਾ ਸੀ। ਅੱਛਾ ਜੀ, ਗੋਰੇ ਹੈਰਾਨ ਹੋ ਗਏ ਸੀ ਵੀ ਕੌਣ ਲੋਕ ਆ, ਕਿਹੜੀ ਧਰਤੀ ਤੋਂ ਆਏ ਨੇ, ਇੰਨੇ ਜਾਨਦਾਰ ਲੋਕ ਨੇ, ਇੰਨੇ ਸਿਰਕੀ, ਇੰਨੇ ਸਿਰੜੀ ਆ ਵੀ ਜਿਹੜਾ ਕੰਮ ਉਹ ਥਕੇਵਾਂ ਹੀ ਨਹੀਂ ਸੀ ਉਹਨਾਂ ਲੋਕਾਂ ਕੋਲ। ਠੀਕ ਹੈ ਜੀ, ਉਹ ਅੱਠ ਅੱਠ ਦਸ ਦਸ ਘੰਟੇ, ਚੌਦਾਂ ਚੌਦਾਂ ਘੰਟੇ ਵੀ ਲਗਾਤਾਰ ਕੰਮ ਕਰੀ ਜਾਂਦੇ ਸੀ। ਠੀਕ ਹੈ ਜੀ, ਟਾਇਰਲੈਸਲੀ। ਸੋ ਇਸ ਕਰਕੇ ਉਹਨੂੰ ਆਰਥਿਕ ਪ੍ਰੋਬਲਮ ਨਹੀਂ ਸੀ ਉੱਥੋਂ, ਉਹਨਾਂ ਦਾ ਜਿਹੜਾ ਸਭ ਤੋਂ ਪਹਿਲਾਂ ਮਸਲਾ ਪੈਦਾ ਹੋਇਆ ਉਹ ਧਰਮ ਅਤੇ ਸੱਭਿਆਚਾਰ ਦਾ ਹੋਇਆ ਜੀ। ਉਸ ਸੰਬੰਧ ਦੇ ਵਿੱਚ ਕਿਵੇਂ ਦੀਆਂ ਔਕੜਾਂ ਧਾਰਮਿਕ ਅਤੇ ਸੱਭਿਆਚਾਰਕ ਦੇ ਪੱਖ ਤੋਂ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਕਿਉਂਕਿ ਤੁਸੀਂ ਕਿਹਾ ਵੀ ਆਰਥਿਕ ਪੱਖ ਤੋਂ ਉਹਨਾਂ ਨੂੰ ਇਹੋ ਜਿਹਾ ਕੋਈ ਔਕੜਾ ਨਹੀਂ ਆਈਆਂ, ਕਿਉਂਕਿ ਅੰਗਰੇਜ਼ ਖੁਦ ਉਹਨਾਂ ਦੀ ਤਾਰੀਫਾਂ ਕਰਦੇ ਸੀਗੇ। ਬਿਲਕੁਲ ਜੀ, ਇਸ ਪੱਖ ਤੋਂ ਕਿਉਂ ਉਹ ਅਲੱਗ ਸੀਗੇ? ਉਹ ਦੇਖੋ, ਜਿਹੜਾ ਸਿੱਖ ਸਰੂਪ ਆ, ਗੁਰੂ ਸਾਹਿਬ ਨੇ ਜਿਹੜੀ ਸਿੱਖਾਂ ਦੀ ਇੱਕ ਨਿਆਰੀ ਹਸਤੀ ਅਤੇ ਵੱਖਰੀ ਪਛਾਣ ਸਥਾਪਿਤ ਕੀਤੀ ਆ ਜੀ, ਜਿਹੜੀਆਂ ਸਭ ਤੋਂ ਪਹਿਲਾਂ ਉਹਨੂੰ ਉੱਥੇ ਆਈਆਂ, ਕਿਉਂਕਿ ਬੇਗਾਨਾ ਸੱਭਿਆਚਾਰ ਸੀ, ਬੇਗਾਨਾ ਧਰਮ ਸੀ ਅਤੇ ਸਰਕਾਰ ਵੀ ਬੇਗਾਨੀ ਸੀ ਜੀ, ਉਹਨਾਂ ਦਾ ਜਿਹੜਾ ਸਿੱਖ ਸਰੂਪ ਉੱਥੇ ਬਰਕਰਾਰ ਰੱਖਣ ਦਾ ਪ੍ਰੋਬਲਮ ਆ ਗਈ। ਠੀਕ ਹੈ ਜੀ, ਜਿਹੜੇ ਮਤਲਬ ਫੈਕਟਰੀਆਂ ਦੇ ਵਿੱਚ ਗੋਰੇ ਸੀਗੇ ਭਾਵੇਂ ਜਾਂ ਹੋਰ ਸੀ, ਉੱਥੇ ਇਕੱਲ ਤਾਂ ਹੈਗਾ ਵੀ ਜਿਹੜਾ ਕੈਨੇਡਾ ਸਰਕਾਰ ਸੀ ਉਹ ਡੋਮੀਨੀਅਨ ਸਰਕਾਰ ਸੀ ਅੰਗਰੇਜ਼ਾਂ ਦੀ ਸਰਕਾਰ ਜੀ। ਇਹ ਵੀ ਗੱਲ ਹੈਗੀ ਆ ਕਿ ਉੱਥੇ ਇੱਕ ਨਸਲਵਾਦੀ ਵੀ ਸੀਗੇ, ਉਹਨਾਂ ਅੰਦਰ ਆਪਣੇ ਆਪ ਨੂੰ ਸੁਪੀਰੀਅਰ ਕਹਾਉਣ ਦਾ, ਰਾਇਲ ਕਹਾਉਣ ਦਾ, ਸਾਹੀ ਕਹਾਉਣ ਦਾ ਉਹ ਕਮੰਡ ਵੀ ਹੈ। ਠੀਕ ਹੈ, ਆਪਣੇ ਧਰਮ ਦੇ ਸੱਭਿਆਚਾਰ ਦਾ ਉਹ ਕਮੰਡ ਸੀ। ਜਦੋਂ ਇਹ ਵੱਖਰੀ ਸਿੱਖਾਂ ਲਈ ਸੀਗਾ ਜਾਂ ਭਾਰਤ ਤੋਂ ਗਏ ਲੋਕਾਂ ਲਈ ਸੀ ਕਿ ਉਹਨਾਂ ਦੇ ਵੀ ਵਿੱਚ ਜਿਹੜੇ ਹੋਰ ਬੰਦੇ ਸੀਗੇ ਉਹਨਾਂ ਨਾਲ ਵੀ ਇਹ ਜਿਹਾ ਵਰਤਾਰਾ ਕਰਦੇ ਸੀ? ਉਹਨਾਂ ਨੂੰ ਕੋਈ ਬਹੁਤਾ ਨਹੀਂ ਸੀ ਇਹ ਫਰਕ ਪੈਂਦਾ। ਅੱਛਾ, ਉਹ ਜਿਹੜਾ ਸਰੂਪ ਸੀ, ਜਿਹੜੇ ਆਮ ਭਾਰਤੀ ਸੀ, ਉਹ ਦਾੜੀ ਕੇਸ ਕਟਾਏ ਹੁੰਦੇ ਸੀ, ਉਹ ਜ਼ਿਆਦਾ ਉਹਨਾਂ ਵਿੱਚ ਮਿਕਸ ਹੋ ਜਾਂਦੇ ਸੀਗੇ। ਭਾਰਤੀਆਂ ਨੇ ਵੀ ਉਦੋਂ ਦਾੜੇ ਕੇਸ ਰੱਖੇ ਹੁੰਦੇ ਸੀ ਸਿੱਖਾਂ ਤੋਂ ਇਲਾਵਾ? ਨਹੀਂ, ਇਹਨਾਂ ਦਾ ਸਰੂਪ ਤੱਕ ਉਹ ਜਿਹੜਾ ਸਿੱਖਾਂ ਦੀ ਹੀ ਨਿਆਰੀ ਹਸਤੀ ਦੇ ਵੱਖਰੀ ਪਛਾਣ ਆਪਣੇ ਕਕਾਰਾਂ ਕਾਰਨ, ਕਿਉਂਕਿ ਜੇ ਉਹ ਦਾੜੀ ਕੇਸ ਰੱਖਦੇ ਵੀ ਸੀ ਤਾਂ ਪੱਗ ਨਹੀਂ ਸੀ ਬੰਨਦੇ। ਠੀਕ ਹੈ ਜੀ, ਪੱਗ ਤਾਂ ਜਿਹੜੀ ਸਿੱਖ ਹੀ ਬੰਨਦੇ ਸੀ ਨਾ ਜੀ, ਸਿੱਖ ਪੱਗ ਬੰਨਣ ਦੇ ਨਾਲ ਉਹਨਾਂ ਦੇ ਦਾੜੀ ਕੇਸ ਵੀ ਰੱਖੇ ਹੋਏ ਸੀ, ਜਿਹਦੇ ਕਾਰਨ ਉਹਨਾਂ ਲੋਕਾਂ ਨੂੰ ਲੱਗਦਾ ਸੀ ਕਿ ਇਹ ਕੋਈ ਵੱਖਰੀ ਧਰਤੀ ਦੇ ਨਿਆਰੇ ਜੀਵ ਆ ਗਏ।
ਇਹ ਕੌਣ ਨੇ ਜਿਹਦੇ ਕਾਰਨ ਨਾ ਸੋਸ਼ਲ ਡਿਸਕ੍ਰਿਮੀਨੇਸ਼ਨ ਦੇ ਤੌਰ 'ਤੇ ਜ਼ਿਆਦਾ ਆਉਂਦੀ ਸੀ ਉਹ ਭੀੜ ਦੇ ਵਿੱਚ ਹਰ ਥਾਂ ਵੱਖਰੇ ਪਛਾਣੇ ਜਾਂਦੇ ਸੀ ਜਿਹਦੇ ਕਾਰਨ ਉਹਨੂੰ ਇਹ ਲੱਗਿਆ ਵੀ ਜੇ ਮਤਲਬ ਇੱਥੇ ਆਪਾਂ ਹੁਣ ਇੱਥੇ ਧਰਤੀ 'ਤੇ ਆ ਗਏ ਇਹਦੇ ਕਾਰਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ ਪੱਗਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ ਕੌਣ ਲੋਕ ਨੇ ਅੱਛਾ ਜੀ ਜਿਹਦੇ ਕਾਰਨ ਉਹਨੂੰ ਆਪਣਾ ਸਰੂਪ ਆਪਣਾ ਧਰਮ ਆਪਣੀ ਜੀਵਨ ਜਾਂਚ ਆਪਣਾ ਸੱਭਿਆਚਾਰ ਇਹਦੇ ਵੱਡੀਆਂ ਪ੍ਰੋਬਲਮਾਂ ਖੜੀਆਂ ਹੋਣਗੀਆਂ ਇਹਨਾਂ ਦੇ ਸਾਹਮਣੇ ਅੱਛਾ ਜੀ ਉਹ ਲੋਕਾਂ ਦਾ ਮਜ਼ਾਕ ਉਡਾਉਣ ਲੱਗ ਗਏ ਜਿਵੇਂ ਕਿ ਮਿਸਾਲ ਦੇ ਤੌਰ 'ਤੇ ਵੀ ਉੱਥੋਂ ਗੋਰਾਂ ਦਾ ਇੱਕ ਨਸਲਵਾਦੀ ਅਖਬਾਰ ਸੀ ਜੀ ਉਹਨੇ ਕੀ ਕੀਤਾ ਕਿ ਸਿੱਖਾਂ ਦਾ ਕਾਰਟੂਨ ਛਾਪਿਆ ਉਹਦੇ ਵਿੱਚ ਉਹਨੇ ਜਿਹੜੇ ਧੜ ਸੀ ਉਹ ਭੇਡਾਂ ਦੇ ਸੀ ਅਤੇ ਸਿਰ ਸਿੱਖਾਂ ਦੇ ਲਾਏ ਅੱਛਾ ਜੀ ਉਹ ਜਿਹੜੇ ਸਿੱਖ ਸੀ ਉਹ ਲਾਏ ਜਿਹਨਾਂ ਦੇ ਸਿਰ ਉਹ ਭਾਈਚਾਰੇ ਦੇ ਮਸ਼ਹੂਰ ਆਗੂ ਸੀ ਜਿਹੜੇ ਪਛਾਣੇ ਜਾਂਦੇ ਸੀ ਕਿਹਦੇ ਕਿਹਦੇ ਸਿਰ ਲਾਏ ਆ ਇਹੋ ਜਿਹੀਆਂ ਜਿਹੜੀਆਂ ਗੱਲਾਂ ਸੀ ਸਿੱਖਾਂ ਦਾ ਜਿਹੜਾ ਮਜ਼ਾਕ ਉਡਾਇਆ ਜਾਂਦਾ ਸੀ ਸਰੂਪ ਦਾ ਇਹਨਾਂ ਨੇ ਸਿੱਖਾਂ ਨੂੰ ਬਹੁਤ ਜ਼ਿਆਦਾ ਹਰਟ ਕੀਤਾ ਮਾਨਸਿਕ ਤੌਰ 'ਤੇ ਦੁਖੀ ਕੀਤਾ ਜਿਹੜੀ ਨਸਲੀ ਹਿੰਸਾ ਉਹਨਾਂ ਦੇ ਨਾਲ ਵਾਪਰੀ ਇੱਥੋਂ ਦੀ ਗਏ ਬੰਦਿਆਂ ਦੇ ਨਾਲ ਉਹਨਾਂ ਦਾ ਇਤਿਹਾਸ ਜੋ ਉਹਨਾਂ ਦਾ ਪਿਛੋਕੜ ਹੈ ਗੁਰੂ ਸਾਹਿਬ ਤੋਂ ਲੈ ਕੇ ਉਹਨਾਂ ਨੇ ਫਿਰ ਉਸ ਪਹਿਚਾਣ ਨੂੰ ਉਸ ਸੱਭਿਆਚਾਰ ਨੂੰ ਕਿਵੇਂ ਸਾਂਭੀ ਰੱਖਿਆ ਅਤੇ ਉੱਥੇ ਇਹਨਾਂ ਔਕੜਾਂ ਦੇ ਨਸਲੀ ਔਕੜਾਂ ਦੇ ਹੱਲ ਕਿਵੇਂ ਲੱਭੇ ਦੇਖੋ ਜਿੱਥੋਂ ਤੱਕ ਉਹਨਾਂ ਦਾ ਸਿੱਖਾਂ ਦਾ ਨਿਆਰੀ ਹਸਤੀ ਅਤੇ ਵੱਖਰੀ ਪਛਾਣ ਨੂੰ ਬਚਾਉਣ ਦਾ ਸਵਾਲ ਆ ਜੀ ਇਹਦੇ ਪ੍ਰਤੀ ਉਹ ਬਹੁਤ ਜ਼ਿਆਦਾ ਸੈਂਸੀਟਿਵ ਸੀ ਉਹਨਾਂ ਨੇ ਆਪਣੀ ਜਿਹੜੀ ਨਿਆਰੀ ਹਸਤੀ ਅਤੇ ਵੱਖਰੀ ਪਛਾਣ ਨੂੰ ਬਣਾਉਣ ਬਚਾਉਣ ਦਾ ਸਭ ਤੋਂ ਪਹਿਲਾਂ ਹੱਲ ਇਹ ਕੱਢਿਆ ਕਿ ਇਸ ਧਰਤੀ 'ਤੇ ਗੁਰਦੁਆਰੇ ਸਥਾਪਿਤ ਕੀਤੇ ਜਾਣ ਕੈਨੇਡਾ ਦੇ ਵਿੱਚ ਸਿੱਖਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸਥਾਪਿਤ ਕਰਨ ਦਾ ਯਤਨ ਕੀਤਾ ਜੀ ਉਹਨਾਂ ਨੇ 1906 ਦੇ ਵਿੱਚ ਉੱਥੇ ਵੈਨਕੂਵਰ ਦੇ ਵਿੱਚ ਛੋਟਾ ਜਿਹਾ ਗੁਰਦੁਆਰਾ ਇੱਕ ਬਿਲਡਿੰਗ ਕਿਰਾਏ 'ਤੇ ਲੈ ਕੇ ਕੀਤੀ ਉਸ ਤੋਂ ਬਾਅਦ ਜਿਉਂ ਜਿਉਂ ਉੱਥੇ ਸਿੱਖਾਂ ਦੀ ਗਿਣਤੀ ਵਧੀ ਗਈ ਤਾਂ ਉਹਨਾਂ ਵਿੱਚ ਉਤਸਾਹ ਦੀ ਇੱਕ ਤਰੰਗ ਸੀ ਕਿ ਸਾਡੀ ਵੱਖਰੀ ਪਛਾਣ ਸਾਡਾ ਸੱਭਿਆਚਾਰ ਬਚਾਉਣ ਦਾ ਕੇਂਦਰ ਸਿਰਫ ਇੱਕੋ ਇੱਕ ਗੁਰਦੁਆਰਾ ਗਾ ਜੀ ਜਦੋਂ ਅਸੀਂ ਗੁਰਦੁਆਰਾ ਸਥਾਪਿਤ ਕਰ ਲਿਆ ਉਹਦੇ ਨਾਲ ਸਾਡੀ ਜਥੇਬੰਦਕ ਤਾਕਤ ਵੀ ਮਜ਼ਬੂਤ ਹੋਊ ਇਹ ਸਾਡੇ ਇੱਥੇ ਜਿੱਥੇ ਅਸੀਂ ਰੂਹਾਨੀ ਸ਼ਕਤੀ ਵੀ ਇੱਥੋਂ ਮਿਲੂਗੀ ਸਾਡੇ ਗੁਰੂ ਗ੍ਰੰਥ ਸਾਹਿਬ ਹੋਣਗੇ ਸਾਰਾ ਕੁਛ ਇੱਥੇ ਹੋਊ ਉਹ ਕੈਨੇਡਾ ਦੀ ਧਰਤੀ 'ਤੇ ਸਿੱਖਾਂ ਵੱਲੋਂ ਇੱਕ ਵੱਖਰੀ ਪਛਾਣ ਦਾ ਪੱਕਾ ਕਿੱਲਾ ਕੱਢਣ ਦਾ ਵੀ ਯਤਨ ਸੀ ਅਤੇ ਆਪਣੀ ਜਿਹੜੀ ਉੱਥੋਂ ਪ੍ਰੇਰਨਾ ਲੈਣ ਦਾ ਵੀ ਯਤਨ ਸੀ ਅਤੇ ਆਪਣਾ ਸਰੂਪ ਆਪਣੇ ਕਾਰ ਬਚਾਉਣ ਦਾ ਵੀ ਯਤਨ ਸੀ ਅਤੇ 1908 ਦੇ ਵਿੱਚ ਵੱਡੀ ਬਿਲਡਿੰਗ ਬਣਾ ਕੇ ਕੈਨੇਡਾ ਦੇ ਵਿੱਚ ਬਕਾਇਦਾ ਉਹ ਗੁਰਦੁਆਰਾ ਵੈਨਕੂਵਰ ਦਾ ਸਥਾਪਿਤ ਕੀਤਾ ਅੱਛਾ ਜੀ ਉਹਦਾ ਸਥਾਪਿਤ ਹੋਣਾ ਹੀ ਜਦੋਂ ਸਥਾਪਿਤ ਹੋ ਗਿਆ ਕੈਨੇਡਾ ਦਾ ਗੁਰਦੁਆਰਾ ਹੀ ਬਾਅਦ ਦੇ ਵਿੱਚ ਗਦਰ ਲਹਿਰ ਦਾ ਵੀ ਕੇਂਦਰ ਬਣ ਕੇ ਉੱਭਰਿਆ ਗੱਲ ਕੀ ਵੀ ਉਹ ਸਿੱਖਾਂ ਦੀ ਹਰ ਤਰ੍ਹਾਂ ਦੀ ਸਮਾਜਿਕ ਧਾਰਮਿਕ ਰਾਜ ਸੀ ਹਰ ਤਰ੍ਹਾਂ ਦੀ ਸਰਗਰਮੀ ਦਾ ਧੁਰਾ ਸੀ ਧੁਰਾ ਬਣ ਗਿਆ ਵੈਨਕੂਵਰ ਦਾ ਗੁਰਦੁਆਰਾ ਇਹ ਉੱਥੋਂ ਜਿਹੜਾ ਗੁਰਦੁਆਰਾ ਬਣਾਉਣ ਦਾ ਉਹਨੇ ਯਤਨ ਕੀਤਾ ਠੀਕ ਇੱਥੋਂ ਹੀ ਜਿਹੜੀ ਗਦਰ ਲਹਿਰ ਦਾ ਇੱਕ ਬਹੁਤ ਵੱਡਾ ਮੋੜ ਜਿਹੜਾ ਆਇਆ ਹੈਗਾ ਹਾਂ ਗੁਰਦੁਆਰੇ ਨੇ ਗਦਰ ਲਹਿਰ ਦੇ ਵਿੱਚ ਇੱਕ ਸੈਂਟਰ ਰੋਲ ਪਲੇ ਕੀਤਾ ਸਾਰੇ ਗੁਰਦੁਆਰਿਆਂ ਨੇ ਲਗਭਗ ਜਿਹੜੇ ਬਾਅਦ 'ਚ ਵੀ ਬਣੇ ਨੇ ਇਹਨਾਂ ਦੇ ਰੋਲ ਨੂੰ ਹੁਣ ਤੱਕ ਮਿਨੀਮਾਈਜ ਕੀਤਾ ਗਿਆ ਜਾਂ ਘਟਾ ਕੇ ਦੇਖਿਆ ਗਿਆ ਜਾਂ ਹਾਈਲਾਈਟ ਨਹੀਂ ਕੀਤਾ ਗਿਆ ਅਸਲ ਵਿੱਚ ਜਿਹੜਾ ਗੁਰਦੁਆਰਿਆਂ ਦੇ ਵਿੱਚੋਂ ਹੀ ਗਦਰ ਲਹਿਰ ਪੈਦਾ ਹੋਈ ਆ ਗੁਰਦੁਆਰਾ ਹੀ ਇਹਦੇ ਸੈਂਟਰ ਸੀ ਗੁਰਦੁਆਰਿਆਂ 'ਚ ਹੀ ਵਿਕਸਿਤ ਹੋਈ ਆ ਅਤੇ ਜਿਹੜੀਆਂ ਸਾਰੀਆਂ ਸਰਗਰਮੀਆਂ ਚੱਲੀਆਂ ਉਹ ਗੁਰਦੁਆਰਿਆਂ ਵਿੱਚੋਂ ਹੀ ਚੱਲੀਆਂ ਨੇ ਮੁੱਖ ਤੌਰ 'ਤੇ ਕਿਉਂ ਗੁਰਦੁਆਰਿਆਂ ਦਾ ਕੀ ਸੀ ਵੀ ਇਕੱਲੀ ਇਹ ਨਹੀਂ ਵੀ ਉੱਥੇ ਜਾ ਕੇ ਆਪਾਂ ਅਰਦਾਸ ਕਰ ਲੈਣੀ ਆ ਉੱਥੋਂ ਜਬਰ ਜ਼ੁਲਮ ਦੇ ਖਿਲਾਫ਼ ਲੜਨ ਦੀ ਇੱਕ ਪ੍ਰੇਰਨਾ ਵੀ ਮਿਲਦੀ ਸੀ ਜੀ ਜਦੋਂ ਅਰਦਾਸ ਕਰਦੇ ਹਾਂ ਜਦੋਂ ਗੁਰਮਤਾਂ ਦੀ ਗੱਲ ਕਰਦੇ ਹਾਂ ਦੀਵਾਨ ਲੱਗਦੇ ਨੇ ਉਹ ਦੀਵਾਨਾਂ ਦੇ ਵਿੱਚ ਜਦੋਂ ਆਪਾਂ ਸਿੱਖ ਸ਼ਹੀਦਾਂ ਦੀ ਗੱਲ ਹੁੰਦੀ ਆ ਸਿੱਖ ਇਤਿਹਾਸ ਦੀ ਗੱਲ ਹੁੰਦੀ ਆ ਤਾਂ ਉੱਥੋਂ ਸਿੱਖ ਜਬਰ ਜ਼ੁਲਮ ਦੇ ਖਿਲਾਫ਼ ਲੜਨ ਦੀ ਇੱਕ ਪ੍ਰੇਰਨਾ ਲੈਂਦੇ ਸੀ ਜੀ ਸੋ ਇਸ ਕਰਕੇ ਜਿਹੜਾ ਕੈਨੇਡਾ ਦੇ ਵਿੱਚ ਗੁਰਦੁਆਰਾ ਸਥਾਪਿਤ ਹੋਣ ਦਾ ਪਹਿਲਾ ਯਤਨ ਸਿੱਖਾਂ ਵੱਲੋਂ ਇਹ ਸੀ ਕਿ ਆਪਣੀ ਵੱਖਰੀ ਪਛਾਣ ਨਿਆਰੀ ਹਸਤੀ ਆਪਣਾ ਧਰਮ ਇੱਕ ਸੱਭਿਆਚਾਰ ਬਚਾਉਣ ਦਾ ਇੱਕ ਮੁਕੰਮਲ ਯਤਨ ਕੀਤਾ ਗਿਆ ਜੀ ਰਾਏ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਉਹਨਾਂ ਨੇ ਆਪਣੀ ਪਹਿਚਾਣ ਨੂੰ ਬਚਾਉਣ ਲਈ ਉੱਥੇ ਗੁਰਦੁਆਰਿਆਂ ਸਥਾਪਿਤ ਕੀਤੇ ਅਤੇ ਜਿਹਦੇ ਵਿੱਚ ਸਮਾਜਿਕ ਮਸਲੇ ਵੀ ਵਿਚਾਰ ਵਟਾਂਦਰੇ ਕੀਤੇ ਜਾਂਦੇ ਸੀ ਪਰ ਇਸ ਦੇ ਨਾਲ ਹੀ ਜਦੋਂ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਤਾਂ ਅਮਰੀਕਾ ਦੇ ਵਿੱਚ ਕਿਵੇਂ ਗੁਰਦੁਆਰੇ ਜਿਹੜੇ ਨੇ ਇਸੇ ਤਰ੍ਹਾਂ ਸਥਾਪਿਤ ਕੀਤੇ ਗਏ ਅਤੇ ਜਿਹੜਾ ਕੈਨੇਡਾ ਅਤੇ ਅਮਰੀਕਾ ਦੇ ਲੋਕਾਂ ਦੇ ਵਿੱਚ ਰਾਬਤਾ ਸੀਗਾ ਉਹ ਕਿਸ ਤਰ੍ਹਾਂ ਦਾ ਸੀਗਾ ਕਿਵੇਂ ਉਹ ਆਪਸ ਦੇ ਵਿੱਚ ਗੱਲਾਂ ਸਾਂਝੀਆਂ ਕਰਦੇ ਸਨ ਜਾਂ ਉਹਨਾਂ ਨੂੰ ਜਿਹੜੀਆਂ ਉੱਥੇ ਔਕੜਾਂ ਆਈਆਂ ਉਹ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕੋਈ ਵੱਖਰੀਆਂ ਔਕੜਾਂ ਸੀਗੀਆਂ ਦੇਖੋ ਜਿਹੜਾ ਅਮਰੀਕਾ ਸੀ ਇਹ ਆਜ਼ਾਦ ਮੁਲਕ ਸੀ ਰਿਪਬਲਿਕ ਸੀ ਜੀ ਅਤੇ ਕੈਨੇਡਾ ਅੰਗਰੇਜ਼ਾਂ ਦੀ ਡੋਮੀਨੀਅਨ ਸੀ ਇੱਕ ਤਰ੍ਹਾਂ ਦਾ ਅੰਗਰੇਜ਼ਾਂ ਦੇ ਰਾਜ ਸੀ ਠੀਕ ਹੈ ਜੀ ਜਿਹੜੇ ਮਸਲੇ ਅਤੇ ਮੁੱਦੇ ਕੈਨੇਡਾ ਦੇ ਸਿੱਖਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ 1908 ਦੇ ਵਿੱਚ ਇਹਨੂੰ ਉੱਥੋਂ ਕੱਢਣ ਦੀ ਵੀ ਯੋਜਨਾ ਬਣਾਈ ਵੀ ਹਾਂਡੂਰਸ ਦੇ ਟਾਪੂ 'ਤੇ ਭੇਜ ਦਿਓ ਥਾਂ ਥਾਂ 'ਤੇ ਨਸਲਵਾਦੀ ਗੋਰਿਆਂ ਵੱਲੋਂ ਇੰਨਾ ਹੋ ਕੀਤਾ ਜਾਂਦਾ ਸੀ ਜੀ ਅਮਰੀਕਾ ਦੇ ਵਿੱਚ ਇਸ ਕਿਸਮ ਦੀ ਸੋਸ਼ਲ ਡਿਸਕ੍ਰੀਮੀਨੇਸ਼ਨ ਘੱਟ ਸੀ ਕਿਉਂਕਿ ਇਹ ਗੱਲ ਅਮਰੀਕਾ ਦੀ ਹੈਗਾ ਵੀ ਉੱਥੇ ਇੱਕ ਆਜ਼ਾਦੀ ਪਸੰਦ ਤਬਕਾ ਵੀ ਹੈ ਅੱਛਾ ਅਮਰੀਕਾ ਦੇ ਵਿੱਚ ਠੀਕ ਹੈ ਅਤੇ ਪਰ ਜਿਹੜੀ ਜਦੋਂ 1908 ਦਾ ਮੰਦਵਾੜਾ ਆਇਆ ਆਰਥਿਕ ਮੰਦਵਾੜਾ ਜੀ
उस तरह जिहड़ी उत्थों दी गोरे मजदूर सी अमरीका दे उन्हां वल्लों इन्हां ते इक जथेबंदक हमले कीते गए अमरीका दे विच जिहड़े अपने सिख जां भारती जां पंजाबी रहिंदे सी जी उन्हां दे डेरे सी जिहड़े उत्थे कुटमार भी कीती उन्हां ने बहुत ज़्यादा उहदा जिहड़ा टाकरा गा जी इतिहासक तत्थ आ उन्हां गोरियां दा टाकरा सिर्फ ते सिर्फ सिखां वल्लों कीता गया जी चाहे वह बिलिंगम दे विच सी चाहे सेंट जॉन दे विच सी जिथे कि भी जथेबंदक गोरियां दीआं भीड़ां इन्हां ते हमला कर दीआं सी जी तो सिखा वालों डांगा सुट्टिया नाल उनका पूरा मुकाबला किया जाता सी जी इतिहासक लिखत इस गल दे गवाह के कि सिखा ने थोड़ी गिणती च होंदे हुए भी बहुत बड़िया भीड़ा का टाकरा करके उन्होंने गोरियां नूं मूहरे लाया जी इतों सिखा के मन के दो गल्लां पैदा हुई एक तो यह कि असी गुलाम हाँ जी गुलाम करके असी इन्हां मुल्कां दे विच रोजी रोटी कमाउण दी कातर आए जी दूजी गल ये पैदा हो गई इस थां ते आके साडा जिहड़ा धर्म ते सभ्याचार नहीं बचना जी जां सानूं दो गल्लां करनियां पैणगियां जी इत्थे असी पक्के तौर ते रहना किले कड्डणे अपने फिर सानूं अपना धर्म ते सभ्याचारक कार गुआ के फिर इन्हां लोकां वर्गे बन के रहना पऊ जी जां इन्हां दी गुलामी जिहड़ी ये सानूं प्रवान करनी पऊ जी दो मसले खड़े हो गए सामने बाहरले मुल्कां दे विच जदों उन्हां ने गुरद्वारे स्थापित किते तां उन्हां नूं इस बाबत कोई सोसाइटी या कुछ इह जिहा ऑर्गनाइजेशन उन्हां नूं कोई रजिस्टर्ड कराउणी पई सी देखो जिहड़े इह गए ने आपां पहलां गल कीती आ जी कि साबका सिख फौजी सी ਇਹ ਸਿੰਘ ਸਭਾ ਜਦੋਂ ਉੱਥੇ ਚੱਲ ਰਹੀ ਸੀਗੀ ਲਹਿਰ ਸਿੰਘ ਸਭਾ ਦਾ ਇੰਨਾ ਤੋਂ ਇਹ ਬੜਾ ਜ਼ਬਰਦਸਤ ਪ੍ਰਭਾਵ ਸੀ ਅਮਰੀਕਾ ਦੇ ਵਿੱਚ ਵੀ ਅਤੇ ਕਨੇਡਾ ਦੇ ਵਿੱਚ ਵੀ ਸਭ ਤੋਂ ਪਹਿਲਾਂ ਨੇ ਖਾਲਸਾ ਦੀਵਾਨ ਸੁਸਾਇਟੀਆਂ ਬਣਾਈਆਂ ਜਿਵੇਂ ਕਿ ਪੰਜਾਬ ਦੇ ਵਿੱਚ ਕਿਹੜੇ ਸੰਨ ਦੀ ਗੱਲ ਖਾਲਸਾ ਦੀਵਾਨ ਇਹ ਜਿਹੜੀ ਮਤਲਬ ਅਮਰੀਕਾ ਕਨੇਡਾ ਦੇ ਵਿੱਚ ਜਿਹੜੀ ਬਣੀ ਆ ਇਹ ਤਾਂ 1908 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਬਣੀ ਆ ਠੀਕ ਹੈ ਭਾਈ ਭਾਗ ਸਿੰਘ ਉਹਦੇ ਪ੍ਰਧਾਨ ਬਣੇ ਹੋਰ ਬਹੁਤ ਸਾਰੇ ਬਣੇ ਨੇ ਠੀਕ ਹੈ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ 1912 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਸਟੋਕਟਨ ਬਣੀ ਆ ਅੱਛਾ ਜੀ ਹਾਂਜੀ ਉੱਥੇ ਪ੍ਰੋਫੈਸਰ ਤੇਜਾ ਸਿੰਘ ਸੀ ਬਾਬਾ ਜਵਾਲਾ ਸਿੰਘ ਸੀ ਸੰਤ ਬਾਬਾ ਵਿਸਾਖਾ ਸਿੰਘ ਦਦੇਰ ਸੀ ਉਹਨਾਂ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਸਟੋਕਟਨ ਬਣਾਈ ਗਈ ਸੋ ਜਿਹੜੇ ਉਹਨਾਂ ਨੇ ਆਪਣੀਆਂ ਸੰਸਥਾਵਾਂ ਦੇ ਪਹਿਲਾਂ ਨਾਂ ਰੱਖੇ ਸਭ ਤੋਂ ਉਹ ਸਿੱਖਾਂ ਨਾਲ ਸੰਬੰਧਿਤ ਸੀਗੇ ਜਿਵੇਂ ਕਿ ਖਾਲਸਾ ਦੀਵਾਨ ਸੁਸਾਇਟੀ ਜਾਂ ਅਕਾਲੀ ਜਥਾ ਵੀ ਉੱਥੇ ਇੱਕ ਬਣਿਆ ਅੱਛਾ ਜੀ ਅਮਰੀਕਾ ਦੇ ਵਿੱਚ ਠੀਕ ਹੈ ਜਿਵੇਂ ਕਿ ਇਹ ਬਾਬਾ ਵਿਸਾਖਾ ਸਿੰਘ ਦਦੇਰ ਬਾਬਾ ਜਵਾਲਾ ਸਿੰਘ ਭਾਈ ਸੰਤੋਖ ਸਿੰਘ ਹੋਲਟ ਫਾਰਮ 'ਤੇ ਰਹਿੰਦੇ ਸੀਗੇ ਜੀ 500 ਏਕੜ ਦਾ ਹੋਲਟ ਫਾਰਮ ਲੈ ਕੇ ਖੇਤੀ ਕਰਦੇ ਸੀ ਜੀ ਉੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਕਮਰੇ ਦੇ ਵਿੱਚ ਜੀ ਉੱਥੇ ਹੀ ਸਾਰੇ ਗੁਰੂ ਸਾਹਿਬਾਨਾਂ ਨਾਲ ਦਿਨ ਮਨਾਏ ਜਾਂਦੇ ਸੀ ਗੁਰਪੁਰਬ ਜੀ ਅਤੇ ਜਿਹੜੇ ਮਤਲਬ ਪੋਹ ਸੱਤੇ ਦਾ ਦਿਨ ਵੀ ਮਨਾਇਆ ਜਾਂਦਾ ਸੀਗਾ ਜੀ ਹੋਰ ਸਾਰੇ ਜਿਹੜੇ ਗੁਰਪੁਰਬ ਮਨਾਏ ਜਾਂਦੇ ਸੀ ਤਾਂ ਇਹਨਾਂ ਨੂੰ ਉੱਥੇ ਆਮ ਤੌਰ 'ਤੇ ਬੰਦੇ ਅਕਾਲੀ ਜਥਾ ਵੀ ਕਹਿੰਦੇ ਸੀ ਅੱਛਾ ਜੀ ਹਾਂਜੀ ਠੀਕ ਹੈ ਜੀ ਸੋ ਇਸ ਕਰਕੇ ਜਿਹੜਾ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਥੋੜ੍ਹੇ ਜਿਹੇ ਫਰਕ ਨਾਲ ਹੀ ਡਿਵੈਲਪ ਹੋਈ ਹੈ ਲਹਿਰ ਜੀ ਕੈਨੇਡਾ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਮਰੀਕਾ ਦੇ ਵਿੱਚ ਉਸ ਤਰ੍ਹਾਂ ਦੀ ਸੋਸ਼ਲ ਡਿਸਕ੍ਰੀਮੀਨੇਸ਼ਨ ਦਾ ਉਹਨਾਂ ਨੂੰ ਬਹੁਤਾ ਸਾਹਮਣਾ ਨਹੀਂ ਕਰਨਾ ਪਿਆ ਸਰਕਾਰੀ ਦਾ ਉਹ ਆਮ ਤੌਰ 'ਤੇ ਨਸਲਵਾਦੀ ਗੋਰਿਆਂ ਦੇ ਹਮਲੇ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਅਤੇ ਉੱਥੋਂ ਇੱਕ ਟਾਕਰੇ ਦੀ ਭਾਵਨਾ ਵੀ ਪੈਦਾ ਹੋਈ ਠੀਕ ਹੈ ਜੀ ਜਿਹੜੀ ਗਦਰ ਪਾਰਟੀ ਦੀ ਜੇ ਹੁਣ ਆਪਾਂ ਗੱਲ ਕਰੀਏ ਅਸਲ ਦੇ ਵਿੱਚ ਗਦਰ ਲਹਿਰ ਦੀ ਇਹ ਕਦੋਂ ਅਤੇ ਕਿਵੇਂ ਸ਼ੁਰੂ ਹੋਈ ਕਿਸ ਜਗ੍ਹਾ 'ਤੇ ਇਹਦਾ ਅਸਲ ਰੂਪ ਦੇ ਵਿੱਚ ਮੁੱਢ ਵੱਜਿਆ ਦੇਖੋ ਜੀ ਜੇ ਆਪਾਂ ਇਹ ਗੱਲ ਕਹੀਏ ਕਿ ਜਿਹੜਾ ਗਦਰ ਲਹਿਰ ਦਾ ਬੀਜ ਆ ਉਹ ਕੈਨੇਡਾ ਦੀ ਧਰਤੀ 'ਤੇ ਬੀਜਿਆ ਗਿਆ ਜੀ ਜਿਹੜਾ ਗੁਰਦੁਆਰਾ ਉੱਥੇ ਬਣਿਆ ਵੈਨਕੂਵਰ ਦੇ ਵਿੱਚ ਉਹਨੇ ਉਸ ਬੀਜ ਨੂੰ ਪਾਣੀ ਦਿੱਤਾ ਹੋਰ ਹੋ ਗਿਆ ਜ਼ਮੀਨ ਕੀਤੀ ਅਤੇ ਇਹਦਾ ਜਾ ਕੇ ਬੂਟਾ ਜਿਹੜਾ ਗਾ ਉਹ ਅਮਰੀਕਾ ਦੀ ਧਰਤੀ 'ਤੇ ਵੰਗ ਰਿਹਾ ਜੀ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਸੀ ਰਹਿੰਦੇ ਉਹਨਾਂ ਵੱਲੋਂ ਜਦੋਂ ਤੋਂ ਗਏ ਆ ਕਿਉਂਕਿ ਡੋਮੀਨੀਅਨ ਸੀ ਅੰਗਰੇਜ਼ਾਂ ਦੀ ਉੱਥੇ ਬੜਾ ਉਹਨਾਂ 'ਤੇ ਜ਼ਬਰ ਹੁੰਦਾ ਸੀਗਾ ਜੀ ਹੌਪਕਿਨਸਨ ਨਾਂ ਦਾ ਦਪਾਸੀਆਂ ਨੂੰ ਬੜਾ ਤੰਗ ਕਰਦਾ ਸੀਗਾ ਜੀ ਉਹਨਾਂ ਨੇ ਭਾਈ ਭਾਗ ਸਿੰਘ ਭਿੱਖੀ ਪਿੰਡ ਅਤੇ ਭਾਈ ਦਲੇਲ ਸਿੰਘ ਵਗੈਰਾ ਜਿਹੜੇ ਸਿੱਖ ਆਗੂ ਸੀ ਮੰਨੇ ਦੰਨੇ ਜੀ ਉਹਨਾਂ ਦਾ ਉਹਨਾਂ ਨੇ ਕਤਲ ਵੀ ਕਰਵਾਤਾ ਸੀ ਅੱਛਾ ਜੀ ਅਤੇ ਭਾਈ ਮੇਵਾ ਸਿੰਘ ਨੇ 1914 ਦੇ ਵਿੱਚ ਫਿਰ ਹਾਪਕਿਨਸਨ ਦਾ ਕਤਲ ਕੀਤਾ ਠੀਕ ਹੈ ਜੀ ਅਤੇ 11 ਜਨਵਰੀ 1914 ਨੂੰ ਮੇਵਾ ਸਿੰਘ ਫਾਂਸੀ ਲੱਗਿਆ ਉਹ ਜਿਹੜਾ ਕੈਨੇਡਾ ਦੀ ਧਰਤੀ 'ਤੇ ਪਹਿਲਾ ਸਿੱਖ ਸ਼ਹੀਦ ਸੀ ਜੀ ਭਾਈ ਮੇਵਾ ਸਿੰਘ ਸੋ ਇਹ ਜਿਹੜੀਆਂ ਉੱਥੇ ਹਾਲਤਾਂ ਕੈਨੇਡਾ ਦੇ ਵਿੱਚ ਟਾਕਰੇ ਦੀਆਂ ਜੀ ਪੈਦਾ ਹੋ ਚੁੱਕੀਆਂ ਜਿਵੇਂ ਕਿ ਮੇਵਾ ਸਿੰਘ ਨੇ ਇੱਕ ਮਿਸਾਲ ਕਾਇਮ ਕਰਤੀ ਸੀ ਸੋ ਇਸ ਕਰਕੇ ਜਿਹੜਾ ਕੁੱਲ ਮਿਲਾ ਕੇ ਉੱਥੇ ਗੱਲ ਸੀਗੀ ਕਿ ਅਮਰੀਕਾ ਦੇ ਵਿੱਚ ਵੀ ਜਿਹੜੇ ਬਾਬਾ ਸੋਹਣ ਸਿੰਘ ਭਕਨਾ ਵਰਗੇ ਜਾਂ ਹੋਰ ਸਿੱਖ ਸੀ ਮਹਿਸੂਸ ਕਰਦੇ ਸੀ ਕਿ ਇੱਦਾਂ ਦੀ ਕੋਈ ਜਥੇਬੰਦੀ ਬਣਾਈ ਜਾਵੇ ਇਸ ਤੋਂ ਪਹਿਲਾਂ 1912 ਦੇ ਵਿੱਚ ਹੋਲਟ ਫਾਰਮ ਦੇ ਉੱਤੇ ਹੀ ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਬਾਬਾ ਜਵਾਲਾ ਸਿੰਘ ਭਾਈ ਸੰਤੋਖ ਸਿੰਘ ਹੋਰਾਂ ਵੱਲੋਂ ਇੱਕ ਜਥੇਬੰਦੀ ਬਣਾਈ ਗਈ ਜੀ ਅਤੇ ਉੱਥੇ ਜਦੋਂ ਹੋਲਟ ਫਾਰਮ 'ਤੇ
गुरु दशमेश पिता जी का गुरपुरब मनाया गया पोह सूदी सतमी का दिहाड़ा तो उत्थे बहुत सारी संगत इकट्ठी हुई जिदे विच हिंदू भी सन कुछ तो मुसलमान भी सी तो वड्डी गिणती सिखां दी सी उत्थे ही इस गल का ऐलान करता सी उस जथेबंदी वल्लों कि चलो जाके हुण देश नूं आजाद कराया जावे जी उत्थे ही ऐलान हो गया सीगा ते बहुत सारे लोगों ने नाल लखवाते सी कि चलो देश नूं आजाद कराया जावे ये गल 1912 दी है जी ते उस दौरान ही संत बाबा विसाखा सिंह भाई संतोख सिंह ते बाबा ज्वाला सिंह वल्लों श्री गुरु ग्रंथ साहिब जी की हजूरी दे विच बाक लैके इस गल का प्रण किया गया सी कि असीं अपनी अज तों जिंदगी आ भारत की आजादी की खातर लोगों ने परोपकार की खातर समर्पण कर दित्तियां हन। ठीक है जी, भारत की आजादी उन्होंने खास लफ्ज वरत्या हैगा। हाँ जी हाँ जी बिल्कुल, इतने दौरान ही फिर उधरों बाबा जिहड़े सोहण सिंह पकना होरी सी वह भी कुछ यतन कर रहे थे कोई इदां दी जथेबंदी बने तो उन्होंने वालों भी फिर हिंदुस्तानी एसोसीएशन पैसिफिक कोस्ट जी 1913 दे विच बनाई गई जी। पहला जिहड़ा यतन बाबा सोहण सिंह पकना वालों किया गया होर सिखां वालों किया गया ये गल इत्थे होर भी स्पष्ट कर देने वाली आ कि जिहड़े इतिहासकार आ वह गदर लहर का जिहड़ा सेहरा सारा वह लाला हरदयाल दे सिर बनते हैं कि लाला हरदयाल ने गदर लहर नूं पैदा किया उन्हें गदर पार्टी बनाई जी। पार्टी प्रधान बाबा सोहण सिंह पकना ने अपनी लिखत मेरी राम कहानी दे विच इस गल नूं रद्द किया। उस तो पहला बाबा सोहण सिंह पकना उन्होंने अपनी एक जथेबंदी कायम कर ली सी हिंदुस्तान एसोसीएशन ऑफ पैसिफिक कोस्ट ਇਹ ਉਸ ਤੋਂ ਬਾਅਦ ਮਹਿਸੂਸ ਕੀਤਾ ਕਿ ਪਾਰਟੀ ਵੱਲੋਂ ਇੱਕ ਅਖਬਾਰ ਕੱਢਿਆ ਜਾਵੇ ਜੀ। ਅਖਬਾਰ ਕੱਢਣ ਦੇ ਵਿੱਚ ਬਾਬੇ ਹੁਣੀ ਤਲਾਸ਼ ਦੇ ਵਿੱਚ ਕੋਈ ਵਿਦਵਾਨ ਕਿਉਂਕਿ ਇਹ ਪੰਜਾਬ ਤੋਂ ਗਏ ਸੀ ਸਿੱਖ ਵਰਗ ਨਾਲ ਸੰਬੰਧਿਤ ਸੀ ਜੀ ਪੇਂਡੂ ਵਰਗ ਨਾਲ ਸੰਬੰਧਿਤ ਸੀ ਜੀ। ਇਹਨਾਂ ਨੂੰ ਪ੍ਰਿੰਟਿੰਗ ਪ੍ਰੈਸ ਦਾ ਪ੍ਰਿੰਟਿੰਗ ਲੈਣ ਦਾ ਪੱਤਰਕਾਰੀ ਦਾ ਕੋਈ ਤਜਰਬਾ ਨਹੀਂ ਸੀ ਪੂਰਵ ਤਜਰਬਾ ਜੀ। ਇਹਨਾਂ ਨੂੰ ਉਹ ਲੋੜ ਮਹਿਸੂਸ ਕਰਦੇ ਸੀ ਵੀ ਕੋਈ ਅਖਬਾਰ ਕੱਢਿਆ ਜਾਵੇ ਅਖਬਾਰ ਦੀ ਖਾਤਰ ਕੋਈ ਇਸ ਤਰ੍ਹਾਂ ਦਾ ਵਿਦਵਾਨ ਲੱਭਿਆ ਜਾਵੇ ਜਿਹਦੇ ਕੋਲ ਸਾਰਾ ਤਜਰਬਾ ਹੋਵੇ ਜੀ। ਅਤੇ ਉੱਥੇ ਪਰ ਠਾਕਰ ਦਾਸ ਨਾਂ ਦੇ ਬੰਦੇ ਨੇ ਦੱਸ ਪਾਈ ਕਿ ਲਾਲਾ ਹਰਦਿਆਲ ਇਹ ਕੰਮ ਕਰ ਸਕਦਾ। ਸੋ ਬਾਬੇ ਹੋਰਾਂ ਨੇ ਜਥੇਬੰਦੀ ਪਹਿਲਾਂ ਕਾਇਮ ਕਰ ਲਈ ਸੀ ਅਖਬਾਰ ਕੱਢਣ ਦੀ ਖਾਤਰ ਲਾਲਾ ਹਰਦਿਆਲ ਨੂੰ ਬੁਲਾਇਆ ਸੀ। ਠੀਕ ਹੈ ਜੀ, ਜਿਹੜਾ ਲਾਲਾ ਹਰਦਿਆਲ ਦਾ ਰੋਲ ਆ ਉਹ ਅਖਬਾਰ ਕੱਢਣ ਤੱਕ ਸੀਮਤ ਆ, ਗਦਰ ਪਾਰਟੀ ਬਣਾਉਣ ਤੱਕ ਸੀਮਤ ਨਹੀਂ ਜੀ। ਸੋ ਇਸ ਕਰਕੇ ਇਹ ਕਿਹਾ ਜਾ ਸਕਦਾ ਵੀ ਨਵੰਬਰ 1913 ਦੇ ਵਿੱਚ ਇਹ ਹਿੰਦੁਸਤਾਨ ਪੈਸੀਫਿਕ ਕੋਸਟ ਜਿਹੜੀ ਹੈਗੀ ਆ ਇਹ ਬਣਾਈ ਗਈ ਬਕਾਇਦਾ ਤੌਰ 'ਤੇ, ਇਹਦੀ ਚੋਣਾਂ ਹੋ ਗਈਆਂ ਸਾਰਾ ਹੋਈਆਂ ਅਤੇ ਜਿਹੜਾ ਗਦਰ ਅਖਬਾਰ ਕੱਢਿਆ ਨਵੰਬਰ 1913 ਦੇ ਵਿੱਚ ਉਹਦੇ ਆਧਾਰ 'ਤੇ ਹੀ ਪਾਰਟੀ ਦਾ ਨਾਂ ਗਦਰੀਆਂ ਸਿੱਖ ਗਦਰੀਆਂ ਵੱਲੋਂ ਆਪਣੇ ਆਪ ਨੂੰ ਇਹ ਗਦਰ ਪਾਰਟੀ ਅਤੇ ਗਦਰੀ ਕਹਿਣ ਲੱਗ ਪਏ। ਗਦਰ ਪਾਰਟੀ ਅਦਰਵਾਈਜ਼ ਕੋਈ ਆਫੀਸ਼ੀਅਲ ਨਹੀਂ ਸੀ, ਗਦਰ ਸਿਰਫ ਅਖਬਾਰ ਦੇ ਨਾਂ 'ਤੇ ਹੀ ਆਪਣੇ ਆਪ ਨੂੰ ਗਦਰ ਪਾਰਟੀ ਆਪਣੀ ਗਦਰ ਪਾਰਟੀ ਕਹਿਣ ਗਦਰ ਲਹਿਰ ਸ਼ੁਰੂ ਹੋਈ, ਉੱਥੋਂ ਗਦਰ ਲਹਿਰ ਸ਼ੁਰੂ ਹੋਈ। ਇਸ ਦੇ ਵਿੱਚ ਇੱਕ ਗਦਰ ਲਹਿਰ ਦੇ ਵਿੱਚ ਇਤਿਹਾਸ ਦੇ ਵਿੱਚ ਬਹੁਤ ਇੱਕ ਅਹਿਮ ਸਵਾਲ ਜੁੜਦਾ ਹੈ। 1913 ਦੇ ਵਿੱਚ ਪਾਰਟੀ ਜਿਹੜੀ ਹੋਣ ਚਾਹੀ ਹੈ, ਇਸ ਤੋਂ ਇੱਕਦਮ ਬਾਅਦ 1914 ਦੇ ਵਿੱਚ ਬੜਾ ਵੱਡਾ ਘਟਨਾ ਵਾਪਰੀ ਹੈ ਕੈਨੇਡਾ ਦੀ ਧਰਤੀ 'ਤੇ, ਕਾਮਾਗਾਟਾ ਮਾਰੂ ਜਹਾਜ਼ ਦੇ ਨਾਮ ਤੋਂ। ਇਸ ਘਟਨਾ ਦਾ ਉੱਥੇ ਦੇ ਸਿੱਖਾਂ ਦੇ ਉੱਤੇ, ਗਦਰ ਲਹਿਰ ਦੇ ਨਾਲ ਸੰਬੰਧਿਤ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਿਆ ਹੈ? ਦੇਖੋ ਜੀ, ਗਦਰ ਲਹਿਰ ਨੂੰ ਵਿਕਸਿਤ ਕਰਨ ਦੇ ਵਿੱਚ, ਗਦਰ ਲਹਿਰ ਨੂੰ ਆਪਾਂ ਜੇ ਕਹਿ ਦਈਏ ਗਰਮ ਕਰਨ ਦੇ ਵਿੱਚ, ਇਹਨੂੰ ਸਟਾਰਟ ਕਰਨ ਦੇ ਵਿੱਚ ਜਿਹੜਾ ਕਾਮਾਗਾਟਾ ਮਾਰੂ ਐਪੀਸੋਡ ਹੈ ਇਹਦਾ ਬਹੁਤ ਵੱਡਾ ਪ੍ਰਭਾਵ ਆ। ਅਸਲ ਵਿੱਚ ਮੈਂ ਇਹਨੂੰ ਕਾਮਾਗਾਟਾ ਮਾਰੂ ਨਹੀਂ ਕਹਿੰਦਾ, ਅਸਲ ਵਿੱਚ ਉਹ ਗੁਰੂ ਨਾਨਕ ਜਹਾਜ਼ ਕਿਹਾ ਜਾਣਾ ਚਾਹੀਦਾ। ਇਤਿਹਾਸਕਾਰਾਂ ਨੇ ਇਹਨੂੰ ਕਾਮਾਗਾਟਾ ਮਾਰੂ ਪ੍ਰਚਲਿਤ ਕਰਤਾ। ਅਸਲ ਵਿੱਚ ਤਾਂ ਜਦੋਂ ਬਾਬਾ ਗੁਰਦਿੱਤ ਸਿੰਘ ਹੋਰਾਂ ਨੇ ਹਾਂਗਕਾਂਗ ਦੇ ਵਿੱਚ ਗੁਰੂ ਨਾਨਕ ਨੇਵੀਗੇਸ਼ਨ ਕੰਪਨੀ ਬਣਾਈ ਅਤੇ ਜਪਾਨ ਤੋਂ ਇੱਕ ਜਹਾਜ਼ ਕਿਰਾਏ 'ਤੇ ਲਿਆ ਜਿਹਦਾ ਨਾਂ ਸੀ ਕਾਮਾਗਾਟਾ ਮਾਰੂ, ਅਤੇ ਉਹਨਾਂ ਨੇ ਨਾਮ ਬਦਲ ਕੇ ਉਹਦਾ ਗੁਰੂ ਨਾਨਕ ਜਹਾਜ਼ ਰੱਖਿਆ। ਅੱਛਾ ਜੀ, ਸਾਨੂੰ ਜਦੋਂ ਵੀ ਗੱਲ ਕਰਨੀ ਚਾਹੀਦੀ ਹੈ ਗੱਲ ਅਹਿਮ ਆ ਕਿ ਉਹਨੂੰ ਗੁਰੂ ਨਾਨਕ ਜਹਾਜ਼ ਦੇ ਤੌਰ 'ਤੇ ਹੀ ਸਾਨੂੰ ਗੱਲ ਕਰਨੀ ਚਾਹੀਦੀ ਹੈ। ਸੋ ਉਹਦੇ ਵਿੱਚ ਜਿਹੜੇ 376 ਮੁਸਾਫਰ ਸੀ ਜਿਹੜੇ ਹਾਂਗਕਾਂਗ ਤੋਂ ਬਾਅਦ ਗੁਰੂ ਨਾਨਕ ਜਹਾਜ਼ ਦੇ ਵਿੱਚ ਬਾਬਾ ਗੁਰਦਿੱਤ ਸਿੰਘ ਜੀ ਹੋਣੀ ਕੈਨੇਡਾ ਲੈ ਕੇ ਆਏ, ਕੈਨੇਡਾ ਦੀ ਧਰਤੀ 'ਤੇ ਜਿਹੜੇ ਗੋਰੇ ਸੀਗੇ ਨਸਲਵਾਦੀ ਉਹਨਾਂ ਨੇ ਉਹਨੂੰ ਉਤਰਨ ਦਾ ਮੌਕਾ ਨਹੀਂ ਦਿੱਤਾ। 3 ਮਹੀਨੇ ਲਗਾਤਾਰ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਇਹ ਜਹਾਜ਼ ਵੈਨਕੂਵਰ ਦੇ ਪਾਣੀਆਂ 'ਚ ਖੜ੍ਹਾ ਰਿਹਾ। ਵੈਨਕੂਵਰ ਦੇ ਪੰਜਾਬੀਆਂ, ਭਾਰਤੀਆਂ ਅਤੇ ਖਾਸ ਕਰਕੇ ਸਿੱਖਾਂ ਨੇ ਇੱਕ ਬਹੁਤ ਵੱਡਾ ਸੰਘਰਸ਼ ਕੀਤਾ ਉਹਨਾਂ ਨੂੰ ਮੁਸਾਫਰਾਂ ਨੂੰ ਉਤਾਰਨ ਦੇ ਵਿੱਚ। ਉਹ ਮੁਸਾਫਰ 376 ਮੁਸਾਫਰ ਸੀ ਜਹਾਜ਼ ਦੇ ਵਿੱਚੋਂ, ਜਿਹਦੇ ਵਿੱਚੋਂ 20 ਹਿੰਦੂ ਅਤੇ ਮੁਸਲਮਾਨ ਸਨ ਅਤੇ ਬਾਕੀ ਸਾਰੇ ਸਿੱਖ ਸਨ। ਅੱਛਾ ਜੀ, ਜਿਹੜਾ ਵੈਨਕੂਵਰ ਦਾ ਗੁਰਦੁਆਰਾ ਉਹ ਸਭ ਤੋਂ ਵੱਧ ਉਸ ਸਰਗਰਮੀ ਦਾ ਕੇਂਦਰਤ ਬਣਿਆ ਹੋਇਆ ਸੀ।
ਠੀਕ ਵੈਨਕੂਵਰ ਦੇ ਸਿੱਖਾਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਜਿਹੜਾ ਯੋਗਦਾਨ ਕੁਛ ਮੁਸਲਮਾਨ ਅਤੇ ਹਿੰਦੂ ਨੇ ਪਾਇਆ ਬਹੁਤ ਵੱਡਾ ਫੰਡਿੰਗ $22,000 ਦੀ ਕਿਸ਼ਤ ਵੀ ਉਤਾਰੀ ਇਕੱਠੇ ਕਰਕੇ ਅਤੇ ਜਦੋਂ ਜਿਉਂ ਜਿਉਂ ਉਹਨਾਂ ਨਾਲ ਧੱਕਾਸ਼ਾਹੀ ਹੋ ਰਹੀ ਸੀ ਉਹਨਾਂ ਨੂੰ ਉਤਰਨ ਦਾ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ ਸਿੱਖਾਂ ਨੇ ਬਹੁਤ ਵੱਡਾ ਸੰਘਰਸ਼ ਲੜਿਆ ਜੀ ਜਦੋਂ ਜਹਾਜ਼ ਨੂੰ ਵਾਪਸ ਜਾਣਾ ਪੈ ਗਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਅੰਗਰੇਜ਼ਾਂ ਦੇ ਖਿਲਾਫ ਇਸ ਨਸਲਵਾਦੀ ਸਰਕਾਰ ਦੇ ਖਿਲਾਫ ਸਿੱਖਾਂ ਦੇ ਮਨਾਂ 'ਚ ਇੱਕ ਐਡਾ ਇੱਕ ਅੱਗ ਲੱਗ ਗਈ ਜੀ ਇਸ ਘਟਨਾ ਐਡੀ ਵੱਡੀ ਘਟਨਾ ਸੀ ਹਾਲਾਂਕਿ ਜਿਹੜੀ ਬਜਬਜ ਘਾਟ ਦੇ ਵਿੱਚ ਸਿੱਖਾਂ ਨਾਲ ਉਹ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ ਬਾਅਦ 'ਚ ਗੋਲਾਬਾਰੀ ਹੋਈ ਬਹੁਤ ਧੱਕਾ ਹੋਇਆ ਉਹ ਘਟਨਾ ਨਹੀਂ ਸੀ ਹਾਲਾਂ ਵਾਪਰੀ ਉਹ ਬਾਅਦ 'ਚ ਵਾਪਰਦੀ ਆ ਜਹਾਜ਼ ਦੇ ਵਾਪਸ ਮੁੜਨ ਨਾਲ ਜਿਹੜੀ 3 ਮਹੀਨੇ ਖੱਜਲ ਖੁਆਰੀ ਹੋਈ ਉਹਨੇ ਜਿਹੜਾ ਸਮੂਹ ਸਿੱਖ ਸੀ ਚਾਹੇ ਉਹ ਹਾਂਗਕਾਂਗ ਬਰਾਡੇ ਟਾਪੂਆਂ 'ਤੇ ਬੈਠਾ ਸੀ ਚਾਹੇ ਅਮਰੀਕਾ ਦੇ ਵਿੱਚ ਸੀ ਚਾਹੇ ਕੈਨੇਡਾ ਦੇ ਵਿੱਚ ਸੀ ਉਹਨੇ ਸਿੱਖਾਂ ਦੇ ਮਨਾਂ 'ਚ ਇੱਕ ਤਰ੍ਹਾਂ ਅੱਗ ਲਾ ਦਿੱਤੀ ਅਤੇ ਸਿੱਖ ਬਰੂਦ ਵਾਂਗੂ ਭੜਕ ਗਏ ਉਹਦੇ ਮਨ 'ਚ ਇਹ ਗੱਲ ਹੋ ਗਈ ਵੀ ਅਸੀਂ ਗੁਲਾਮ ਕਰਕੇ ਸਾਡੇ ਨਾਲ ਆ ਧੱਕੇ ਸਾਂਝੀਆਂ ਹੋਈਆਂ ਇਸੇ ਕਰਕੇ ਅਸੀਂ ਗੁਲਾਮ ਹਾਂ ਜਿੰਨਾ ਚਿਰ ਅਸੀਂ ਆਪਣਾ ਦੇਸ਼ ਆਜ਼ਾਦ ਨਹੀਂ ਕਰਵਾ ਲੈਂਦੇ ਉਨਾ ਚਿਰ ਅਸੀਂ ਆਪਣਾ ਅਮਨ ਚੈਨ ਨਾਲ ਨਹੀਂ ਰਹਿ ਸਕਦੇ ਅਸੀਂ ਸਤਿਕਾਰਤ ਇੱਕ ਸਵੈ ਮਾਣ ਭਰੀ ਜ਼ਿੰਦਗੀ ਨਹੀਂ ਜਿਉਂ ਸਕਦੇ ਸੋ ਇਸ ਕਰਕੇ ਗਦਰ ਲਹਿਰ ਦੇ ਵਿੱਚ ਇਹਨੂੰ ਗਦਰ ਲਹਿਰ ਨੂੰ ਵਿਕਸਿਤ ਕਰਨ ਦੇ ਵਿੱਚ ਉਹਨੂੰ ਸਿਖਰ ਤੱਕ ਪਹੁੰਚਾਉਣ ਦੇ ਵਿੱਚ ਗੁਰੂ ਨਾਨਕ ਜਹਾਜ਼ ਦੀ ਜਿਹੜੀ ਘਟਨਾ ਗਈ ਉਹਦਾ ਬਹੁਤ ਵੱਡਾ ਪ੍ਰਭਾਵ ਆ ਉਹਨੇ ਖਾਸ ਕਰਕੇ ਸਿੱਖਾਂ 'ਤੇ ਬਹੁਤ ਜ਼ਬਰਦਸਤ ਪ੍ਰਭਾਵ ਪਾਇਆ ਜਿਹਦੇ ਕਾਰਨ ਲਾ ਟਾਪੂਆਂ ਤੋਂ ਲਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਸਿੱਖ ਬੈਠਾ ਸੀਗਾ ਉਹਦੇ ਮਨ 'ਚ ਹੀ ਇੱਕ ਅੰਗਰੇਜ਼ਾਂ ਦੇ ਖਿਲਾਫ਼ ਨਫ਼ਰਤ ਪੈਦਾ ਹੋ ਗਈ ਅਤੇ ਉਸ ਨਫ਼ਰਤ ਦੇ ਪ੍ਰਗਟਾਵੇ ਵਜੋਂ ਸਿੱਖਾਂ ਨੇ ਗਦਰ ਲਹਿਰ ਦੇ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਆਪਣੇ ਜਾਨਾਂ ਕੁਰਬਾਨ ਕਰਤੀਆਂ ਇਸ ਘਟਨਾ ਦਾ ਬੜਾ ਜ਼ਬਰਦਸਤ ਪ੍ਰਭਾਵ ਪਿਆ ਲਹਿਰ ਮਤਲਬ ਇਸ ਘਟਨਾ ਤੋਂ ਬਾਅਦ ਹੀ ਉੱਥੇ ਰਹਿੰਦੇ ਲੋਕਾਂ ਨੂੰ ਇਹ ਹੋਇਆ ਵੀ ਅਸੀਂ ਆਪਣੇ ਮੁਲਕ ਵਾਪਸ ਜਾ ਕੇ ਉੱਥੋਂ ਆਪਣੀ ਧਰਤੀ ਨੂੰ ਗੋਰਿਆਂ ਦੇ ਅੰਗਰੇਜ਼ਾਂ ਤੋਂ ਆਜ਼ਾਦ ਕਰਾਈਏ ਬਿਲਕੁਲ ਜੀ ਠੀਕ ਇਸ ਘਟਨਾ ਨੇ ਉਹਨਾਂ ਨੂੰ ਇੱਕ ਫੈਸਲਾ ਕੋਲ ਲੜਾਈ ਵੱਲ ਰੱਖਤਾ ਜੀ ਜੀ ਕਰੋ ਜਾਂ ਮਰੋ ਦੀ ਲੜਾਈ ਵੱਲ ਰਾਈ ਸਾਹਿਬ ਆਪਾਂ ਇਹ ਗੱਲਬਾਤ ਜਾਰੀ ਰੱਖਾਂਗੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਦਰਸ਼ਕੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ ਰਾਈ ਸਾਹਿਬ ਜਿਵੇਂ ਆਪਾਂ ਗੱਲ ਕੀਤੀ ਵੀ ਕਾਮਾਗਾਟਾ ਮਾਰੂ ਦਾ ਜਿਹੜੀ ਘਟਨਾ ਸੀਗੀ ਉਸਦਾ ਬੜਾ ਪ੍ਰਭਾਵ ਗਦਰ ਲਹਿਰ ਦੇ ਉੱਤੇ ਪਿਆ ਅਤੇ ਤੁਸੀਂ ਗੱਲ ਵੀ ਕੀਤੀ ਵੀ ਹੋਂਗਕੋਂਗ ਦੇ ਵਿੱਚ ਜਿਹੜੇ ਬੰਦੇ ਗਦਰ ਲਹਿਰ ਨਾਲ ਸੰਬੰਧਿਤ ਸੀ ਉਹਨਾਂ ਦੇ ਵਿੱਚ ਵੀ ਇਹ ਪ੍ਰਭਾਵ ਦੇਖਣ ਨੂੰ ਮਿਲਿਆ ਆਪਾਂ ਹੁਣ ਤੱਕ ਕੈਨੇਡਾ ਅਤੇ ਅਮੈਰੀਕਾ ਦੀ ਗੱਲ ਕੀਤੀ ਜੇ ਇਹਦੇ ਵਿੱਚ ਆਪਾਂ ਹੋਰ ਗੱਲ ਜੋੜਨਾ ਚਾਹੀਏ ਤਾਂ ਹੋਰ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਜਿਹੜੀ ਗਦਰ ਲਹਿਰ ਵਿਕਸਿਤ ਸੀਗੀ ਜਿੱਥੋਂ ਇਹਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਦੇਖੋ ਜੀ ਜੇ ਗੱਲ ਇਹ ਆਪਾਂ ਕਹਿਣੀ ਚਾਹੀਏ ਕਿ ਗਦਰ ਲਹਿਰ ਉੱਥੋਂ ਤੱਕ ਹੀ ਵਿਕਸਿਤ ਹੋਈ ਜਿੱਥੇ ਤੱਕ ਜਾਂ ਤਾਂ ਸਿੱਖ ਫੌਜੀ ਰਹਿੰਦੇ ਸੀ ਜਿਹੜੇ ਜਿਹੜੇ ਮੁਲਕਾਂ 'ਚ ਜਾਂ ਜਿੱਥੇ ਜਿੱਥੇ ਸਿੱਖ ਬੈਠੇ ਸਨ ਅਮਰੀਕਾ ਕੈਨੇਡਾ ਤੋਂ ਇਲਾਵਾ ਪੂਰਬੀ ਏਸ਼ੀਆ ਦੇ ਟਾਪੂਆਂ ਦੀ ਆਪਾਂ ਗੱਲ ਕਰ ਸਕਦੇ ਹਾਂ ਜਿਵੇਂ ਹਾਂਗਕਾਂਗ ਆ ਮਨੀਲਾ ਪਨਾਂਗ ਸਿਆਮ ਥਾਈਲੈਂਡ ਸੰਘਾਈ ਰੰਗੂਨ ਵਗੈਰਾ ਬਰਮਾ ਸਿੰਗਾਪੁਰ ਇਹ ਸਾਰੇ ਟਾਪੂਆਂ 'ਤੇ ਲਹਿਰ ਵਿਕਸਿਤ ਹੋਈ ਹੈ ਜੀ ਪਰ ਇਹ ਅਹਿਮ ਤੱਥ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਕਿ ਇਹ ਜ਼ਿਆਦਾਤਰ ਜਿਹੜੀ ਵਿਕਸਿਤ ਹੋਈ ਲਹਿਰ ਉਹ ਸਿੱਖਾਂ ਦੇ ਵਿੱਚ ਹੀ ਹੋਈ ਹੈ ਜੀ ਜਿਹੜਾ ਗਦਰ ਅਖਬਾਰ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹ ਜਦੋਂ ਵੀ ਇਹਨਾਂ ਮੁਲਕਾਂ 'ਚ ਆਉਂਦਾ ਸੀ ਉਹ ਸਿੱਖਾਂ ਕੋਲ ਆਉਂਦਾ ਸੀ ਜੀ ਅਤੇ ਸਿੱਖ ਗਦਰ ਲਹਿਰ ਨਾਲ ਜੁੜੇ ਸਿੱਖਾਂ ਅੰਦਰ ਹੀ ਦੇਸ਼ ਆਜ਼ਾਦ ਕਰਾਉਣ ਦਾ ਇੱਕ ਜਜ਼ਬਾ ਪੈਦਾ ਹੋਇਆ ਜੀ ਇਹ ਗੱਲ ਵੀ ਅਹਿਮ ਹੈ ਜਿਹੜੀ ਧਿਆਨ 'ਚ ਰੱਖਣੀ ਹੈ ਕਿ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਚਲੋ ਸਿੱਖਾਂ ਨਾਲ ਜਾਂ ਹੋਰ ਭਾਰਤੀ ਨਾਲ ਸੋਸ਼ਲ ਡਿਸਕ੍ਰੀਮੀਨੇਸ਼ਨ ਹੁੰਦੀ ਸੀ ਜੀ ਜਿਹਦੇ ਕਾਰਨ ਉਹਨਾਂ ਨੂੰ ਇਹ ਅਹਿਸਾਸ ਪੈਦਾ ਹੋਇਆ ਕਿ ਆਪਣਾ ਮੁਲਕ ਆਜ਼ਾਦ ਕਰਾਇਆ ਜਾਵੇ ਅਸੀਂ ਗੁਲਾਮ ਹੋਣ ਕਰਕੇ ਸਾਡੇ ਨਾਲ ਸੋਸ਼ਲ ਡਿਸਕ੍ਰੀਮੀਨੇਸ਼ਨ ਹੁੰਦੀ ਹੈ ਹੁੰਦਾ ਹੈ ਹੁਣ ਸਵਾਲ ਇਹ ਵੀ ਹੈ ਕਿ ਹਾਂਗਕਾਂਗ ਵਗੈਰਾ ਟਾਪੂਆਂ ਤਾਂ ਕੋਈ ਸੋਸ਼ਲ ਡਿਸਕ੍ਰੀਮੀਨੇਸ਼ਨ ਨਹੀਂ ਸੀ ਹੁੰਦੀ ਜੀ ਉੱਥੋਂ ਦੇ ਸਿੱਖ ਹੀ ਗਦਰ ਲਹਿਰ ਵੱਲ ਕਿਉਂ ਤੁਰੇ ਜੀ ਇਹ ਗੱਲ ਅਹਿਮ ਸਵਾਲ ਆ ਗੱਲ ਇਹ ਆ ਕਿ ਜਦੋਂ ਗਦਰ ਅਖਬਾਰ ਨਿਕਲਿਆ ਜਿਹੜੇ ਉਹਦੇ ਵਿੱਚ ਮਸਲੇ ਅਤੇ ਮੁੱਦੇ ਉਭਾਰੇ ਜਾਂਦੇ ਸੀ ਉਹਨਾਂ 'ਚੋਂ ਬਹੁ ਗਿਣਤੀ ਜਿਹੜੇ ਮਸਲੇ ਅਤੇ ਮੁੱਦੇ ਸੀ ਉਹ ਸਿੱਖਾਂ ਦੇ ਧਰਮ ਅਤੇ ਸੱਭਿਆਚਾਰ ਨਾਲ ਸੰਬੰਧਿਤ ਸੀ ਠੀਕ ਅਤੇ ਜਿੱਥੋਂ ਸਿੱਖਾਂ ਅੰਦਰ ਅਹਿਸਾਸ ਪੈਦਾ ਹੋਇਆ ਕਿ ਜੇ ਸਾਡਾ ਧਰਮ ਅਤੇ ਸੱਭਿਆਚਾਰ ਹੀ ਬਚਣਾ ਨਹੀਂ ਅੰਗਰੇਜ਼ਾਂ ਦੇ ਰਾਜ 'ਤੇ ਫਿਰ ਅਸੀਂ ਜਿਉਂਗੇ ਕੀ ਸਾਡੀ ਹੋਣ ਦਾ ਕੋਈ ਸਾਡੀ ਹੋਣ ਦਾ ਕੋਈ ਮੁੱਲ ਨਹੀਂ ਇਸ ਕਰਕੇ ਜਿਹੜੀ ਇਹ ਬਰੂਦ ਵਾਂਗੂ ਲਹਿਰ ਭੜਕੀ ਜੀ ਅਤੇ ਜਿੱਥੇ ਜਿੱਥੇ ਵੀ ਸਿੱਖ ਬੈਠੇ ਸੀ ਉਹ ਸਾਰੇ ਇਸ ਲਹਿਰ ਨਾਲ ਜੁੜੇ ਇਸ ਕਰਕੇ ਜੇ ਕਹਾਂਗੇ ਭਾਵੇਂ ਇਹਨਾਂ ਮੁਲਕਾਂ ਦਾ ਨਾਂ ਵੀ ਲੈ ਲਓ ਪਰ ਇਹ ਗੱਲ ਸਭ ਤੋਂ ਵੱਧ ਅਹਿਮ ਆ ਕਿ ਜਿੱਥੇ ਜਿੱਥੇ ਵੀ ਸਿੱਖ ਬੈਠੇ ਸੀ ਜਾਂ ਸਿੱਖ ਫੌਜਾਂ ਮੌਜੂਦ ਸਨ
ਉਹੀ ਗਦਰ ਲਹਿਰ ਨਾਲ ਜੁੜੇ ਨੇ ਜੀ। ਜਿਵੇਂ ਕਿ ਹਾਂਗਕਾਂਗ ਦੇ ਵਿੱਚ ਗੁਰਦੁਆਰੇ ਸੀ, ਜਿਹੜੀਆਂ ਗੁਰਦੁਆਰੇ ਕਮੇਟੀਆਂ ਬਣੀਆਂ ਹੋਈਆਂ ਸੀ ਉਹ ਗੁਰਦੁਆਰਾ ਕਮੇਟੀਆਂ ਹੀ ਗਦਰ ਲਹਿਰ ਦੀਆਂ ਬ੍ਰਾਂਚਾਂ 'ਚ ਬਦਲ ਗਈਆਂ ਸੀ ਜੀ। ਰਾਈ ਸਾਹਿਬ, ਤੁਸੀਂ ਗੱਲ ਕੀਤੀ ਹੈ ਨਾ ਵੀ ਕਾਮਾ ਗਾਟਾ ਮਾਰੂ ਦੇ ਘਟਨਾ ਤੋਂ ਬਾਅਦ ਸਾਰੇ ਗਦਰ ਲਹਿਰ ਨੂੰ ਇਹ ਜਾਂ ਸਿੱਖਾਂ ਨੂੰ ਇਹ ਹੋਇਆ ਵੀ ਅਸੀਂ ਆਪਣੇ ਮੁਲਕ ਵਾਪਸ ਜਾ ਕੇ ਆਪਣੀ ਧਰਤੀ ਨੂੰ ਆਜ਼ਾਦ ਕਰਾਈਏ। ਇਹ ਵਾਪਸ ਆਉਣ ਦਾ ਆਪਣੇ ਮੁਲਕ ਭਾਰਤ ਵਰ ਪਰਤਣ ਦਾ ਕਦੋਂ ਅਤੇ ਕਿਵੇਂ ਇਹ ਸਬੱਬ ਜਿਹੜਾ ਸਾਰਾ ਬਣਿਆ ਅਤੇ ਕਦੋਂ ਸਾਰਾ ਹੀ ਘਟਨਾਕ੍ਰਮ ਤਿਆਰ ਹੋਇਆ? ਦੇਖੋ ਜੀ, ਜਦੋਂ ਆਪਾਂ ਗੱਲ ਕੀਤੀ ਹੈ ਕਿ ਜਦੋਂ ਇਹ ਗੁਰੂ ਨਾਨਕ ਜਹਾਜ਼ ਦਾ ਸਾਕਾ ਵਾਪਰਿਆ, ਇਹ ਸਾਕਾ ਵਾਪਰਨ ਤੋਂ ਬਾਅਦ ਹੀ ਜਿਹੜੇ ਸਿੱਖ ਆ ਉਹਨਾਂ ਅੰਦਰ ਗੁੱਸੇ ਅਤੇ ਨਫ਼ਰਤ ਦੀ ਬਹੁਤ ਵੱਡੀ ਇੱਕ ਤਰੰਗ ਸੀ ਜੀ, ਬਹੁਤ ਵੱਡੀ ਲਹਿਰ ਪੈਦਾ ਹੋ ਗਈ ਸੀ ਅਤੇ ਸਾਰੇ ਜਿਹੜੇ ਸਿੱਖ ਆ ਉਹ ਅੰਗਰੇਜ਼ਾਂ ਦੇ ਖਿਲਾਫ਼ ਦੰਦੀਆਂ ਵੱਢਦੇ ਸੀ ਕਿ ਸਾਰਾ ਕੁਛ ਅੰਗਰੇਜ਼ਾਂ ਦੇ ਕਾਰਨ ਹੋਇਆ, ਸਾਡੀ ਗੁਲਾਮੀ ਕਾਰਨ ਹੋਇਆ। ਇਸੇ ਤਰ੍ਹਾਂ ਨਹੀਂ ਕੀ ਹੋਇਆ ਵੀ ਅਗਸਤ 1914 ਦੇ ਵਿੱਚ ਜੀ ਸੰਸਾਰ ਜੰਗ ਲੱਗ ਗਈ ਜੀ। ਸੰਸਾਰ ਜੰਗ ਲੱਗਣ ਦੇ ਨਾਲ ਹੀ ਜਿਹੜਾ ਅੰਗਰੇਜ਼ ਆ, ਅੰਗਰੇਜ਼ ਸਾਮਰਾਜ ਬਸਤੀਵਾਦੀ ਸੀਗੇ, ਬ੍ਰਿਟਿਸ਼ ਬਸਤੀਵਾਦੀ, ਇਹ ਹਰ ਮੋਰਚੇ 'ਤੇ ਜਰਮਨੀ ਨਾਲ ਹੋਰ ਮੁਲਕਾਂ ਨਾਲ ਜੰਗ 'ਚ ਬੁਰੀ ਤਰ੍ਹਾਂ ਫਸ ਗਏ ਜੀ। ਉੱਥੇ ਗਦਰ ਲਹਿਰ ਦੇ ਸਾਹਮਣੇ ਸਵਾਲ ਪੈਦਾ ਹੋ ਗਿਆ ਕਿ ਜਿਹੜੀ ਜੰਗ ਦੇ ਕਾਰਨ ਸਥਿਤੀ ਪੈਦਾ ਹੋ ਚੁੱਕੀ ਆ, ਇਸ ਸਿਚੁਏਸ਼ਨ ਦੇ ਵਿੱਚ, ਇਸ ਸਥਿਤੀ ਦੇ ਵਿੱਚ ਕੀ ਰੋਲ ਪਲੇ ਕੀਤਾ ਜਾਵੇ ਜੀ। ਉਹਨਾਂ ਨੇ ਇਹ ਸੋਚਿਆ, ਅਹਿਮ ਸਵਾਲ ਖੜ੍ਹਾ ਹੋ ਗਿਆ ਕਿ ਹੁਣ ਹੱਥ 'ਤੇ ਹੱਥ ਧਰ ਕੇ ਬੈਠਿਆ ਜਾਵੇ ਜਾਂ ਇਸ ਸਥਿਤੀ ਦੇ ਵਿੱਚ ਕੁਛ ਲਾਹਾ ਲਿਆ ਜਾਵੇ ਜੀ। ਉਸ ਸਮੇਂ ਜਿਹੜੇ ਭਾਈ ਸੰਤੋਖ ਸਿੰਘ ਪਾਰਟੀ ਦੇ ਜਨਰਲ ਸਕੱਤਰ ਸੀ, ਹੋਰ ਸਿੱਖ ਆਗੂ ਸੀ, ਉਹਨਾਂ ਨੇ ਬੜਾ ਸਾਰੀ ਸਿਚੁਏਸ਼ਨ ਜਿਹੜੀ ਇੰਟਰਨੈਸ਼ਨਲ ਪੱਧਰ 'ਤੇ ਸੀਗੀ ਉਹਨੂੰ ਪੂਰੀ ਤਰ੍ਹਾਂ ਬਚਿਆ ਜੀ। ਜਿੱਥੋਂ ਦੀ ਬਹੁਤ ਵੱਡੀ ਤਕੜੀ ਸੂਝਬੂਝ ਦਾ ਪ੍ਰਗਟਾਵਾ ਹੁੰਦਾ, ਉਸ ਵਕਤ ਕੰਜੈਕਚਰ ਮੌਕਾ ਮੇਲ ਸੇਪ ਅਪ ਹੋ ਚੁੱਕਿਆ ਸੀਗਾ ਜੀ। ਅੰਗਰੇਜ਼ ਬੁਰੀ ਤਰ੍ਹਾਂ ਫਸ ਚੁੱਕੇ ਸੀ, ਉਹਨਾਂ ਨੇ ਆਪਣੀਆਂ ਸਾਰੀਆਂ ਫੋਰਸਾਂ ਭਾਰਤ 'ਚੋਂ ਕੱਢ ਕੇ, ਖਾਸ ਕਰਕੇ ਗੋਰੀਆਂ ਫੌਜਾਂ ਜੀ, ਸਮੁੰਦਰੀ ਫੌਜ ਵੀ ਅਤੇ ਆਪਣੀ ਹਵਾਈ ਫੌਜ ਵੀ, ਉਹ ਆਪਣੇ ਯੂਰਪ ਦੇ ਮੋਰਚੇ 'ਤੇ ਝੋਕ ਦਿੱਤੀਆਂ ਸੀ। ਭਾਰਤ ਸੁਰੱਖਿਆ ਪੱਖੋਂ ਲਗਭਗ ਖਾਲੀ ਪਿਆ ਸੀ ਜੀ, ਖਾਸ ਕਰਕੇ ਪੰਜਾਬ। ਅਤੇ ਗਦਰ ਪਾਰਟੀ ਨੇ ਅਗਸਤ 1914 ਦੇ ਵਿੱਚ ਫੈਸਲਾ ਕੀਤਾ ਕਿ ਚਲੋ ਮੁਲਕ ਚੱਲ ਗਏ, ਦੇਸ਼ ਚੱਲ ਗਏ ਜੀ, ਉੱਥੋਂ ਦੀਆਂ ਫੌਜਾਂ ਨੂੰ ਨਾਲ ਜੋੜ ਗਏ, ਫੌਜੀ ਬਗਾਵਤ ਕਰਵਾ ਕੇ, ਉੱਥੇ ਕੋਈ ਦੇਸ਼ ਖਾਲੀ ਪਿਆ, ਆਪਾਂ ਇਸ ਤਰ੍ਹਾਂ ਬਸਤਾਵਾਦੀਆਂ ਕੋਲੋਂ, ਇਹਨਾਂ ਅੰਗਰੇਜ਼ਾਂ ਕੋਲੋਂ ਆਪਣੇ ਮੁਲਕ ਨੂੰ ਆਜ਼ਾਦ ਕਰਵਾ ਸਕਦੇ ਹਾਂ। ਸੋ ਅਗਸਤ 1914 ਦੇ ਵਿੱਚ ਭਾਈ ਸੰਤੋਖ ਸਿੰਘ ਜਨਰਲ ਸਕੱਤਰ ਦੀ ਅਗਵਾਈ ਦੇ ਵਿੱਚ ਗਦਰੀਆਂ ਵੱਲੋਂ ਪੰਜਾਬ ਆਉਣ ਦਾ ਫੈਸਲਾ ਕੀਤਾ ਗਿਆ ਜੀ। ਕਿਉਂਕਿ ਭਾਵੇਂ ਇਹ ਗੱਲ ਭਾਰਤ ਨੂੰ ਸੱਦਾ ਭਾਰਤ ਜਾਣ ਦਾ ਸੀ, ਪਰ ਕਿਉਂਕਿ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਵੀ ਗਦਰ ਪਾਰਟੀ ਦੇ ਵਿੱਚ 90% ਸਿੱਖ ਸਨ ਅਤੇ ਪੰਜਾਬ ਉਹਨਾਂ ਦਾ ਇੱਕ ਗੜ੍ਹ ਸੀ, ਪੰਜਾਬ ਤੋਂ ਉਹਨੂੰ ਹਮਾਇਤ ਮਿਲਣੀ ਸੀ ਤਾਂ ਸਾਰੇ ਗਦਰੀ ਬਹੀਰਾਂ ਕੱਟ ਕੇ ਪੰਜਾਬ ਵੱਲ ਹੀ ਪਹੁੰਚੇ ਨੇ ਜੀ। ਮਤਲਬ ਇਹ ਜਿਹੜਾ ਗਦਰ ਲਹਿਰ ਵਾਲਿਆਂ ਨੇ ਜਿਹੜਾ ਇਹ ਫੈਸਲਾ ਲਿੱਤਾ ਭਾਰਤ ਪਹੁੰਚ ਕੇ ਫੌਜ ਨੂੰ ਬਗਾਵਤ ਕਰਵਾ ਕੇ ਮੁਲਕ ਨੂੰ ਆਜ਼ਾਦ ਕਰਾਉਣ ਦਾ, ਮਤਲਬ ਇੱਕ ਜੋਸ਼ ਦੇ ਵਿੱਚੋਂ ਨਹੀਂ, ਇਹ ਹੋਸ਼ ਦੇ ਵਿੱਚੋਂ ਆਇਆ ਸੀ ਜਿਵੇਂ ਉਹਨਾਂ ਨੇ ਸਾਰੀ ਤਰਤੀਬ ਦੇਖੀ ਅਤੇ ਉਹਨੂੰ ਵਾਚਿਆ ਸੀਗਾ? ਅਤੇ ਇਹ ਪੂਰੀ ਯੋਜਨਾਬੰਦੀ 'ਚੋਂ ਆਇਆ ਜੀ, ਪੂਰੀ ਜਿਹੜੀ ਇੰਟਰਨੈਸ਼ਨਲ ਸਿਚੁਏਸ਼ਨ ਉਸ ਵਕਤ ਸੇਪ ਅਪ ਬਣ ਚੁੱਕੀ ਸੀ, ਇੱਕ ਕੰਜੈਕਚਰ ਪੈਦਾ ਹੋ ਗਿਆ ਸੀ, ਇੱਕ ਮੌਕਾ ਮੇਲ ਪੈਦਾ ਹੋ ਗਿਆ ਸੀ। ਇਹ ਦੋ ਗੱਲਾਂ ਹੋਰ ਅਹਿਮ ਆ ਜੀ। ਉਸ ਵਕਤ ਰੂਸ ਦੇ ਵਿੱਚ ਲੈਨਨ ਨੇ ਗੱਲ ਦੀ ਵਿਚਾਰ ਕੀਤੀ। ਅੱਛਾ ਜੀ। ਲੈਨਨ ਨੇ ਮੌਕਾ ਦੇਖ ਲਿਆ ਕਿ ਇਸ ਵਕਤ ਜਿਹੜੀ ਇੰਟਰਨੈਸ਼ਨਲ ਸਿਚੁਏਸ਼ਨ ਪੈਦਾ ਹੋ ਚੁੱਕੀ ਆ ਉਹ ਰੂਸੀ ਇਨਕਲਾਬ ਦੇ ਹੱਕ 'ਚ ਆ ਜੀ। ਉਹਨਾਂ ਨੇ ਅਟੈਂਪਟ ਕੀਤੀ ਰੂਸ ਦੇ ਵਿੱਚ ਇਨਕਲਾਬ ਕੀਤਾ, ਅਤੇ ਦੂਜੇ ਪਾਸੇ ਸਿੱਖ ਗਦਰੀ ਨੇ ਭਾਈ ਸੰਤੋਖ ਸਿੰਘ ਜਨਰਲ ਸਕੱਤਰ ਦੀ ਅਗਵਾਈ 'ਚ ਇਕੱਠੇ ਹੋਏ। ਇਹਨਾਂ ਵੱਲੋਂ ਵੀ ਮੌਕਾ ਮੇਲ ਦਾ ਪੂਰੀ ਤਰ੍ਹਾਂ ਸਹੀ ਜਾਇਜ਼ਾ ਲਿਆ ਗਿਆ ਸੀ ਜੀ। ਭਾਵੇਂ ਇਹਨਾਂ ਦੀ ਅਟੈਂਪਟ ਕਾਮਯਾਬ ਨਹੀਂ ਹੋਈ, ਇਹ ਵੱਖਰਾ ਮਾਮਲਾ, ਪਰ ਜੋ ਇਹਨਾਂ ਦਾ ਰਣਨੀਤੀ ਬਣਾਈ ਗਈ, ਜੋ ਜਾਇਜ਼ਾ ਲਿਆ ਗਿਆ ਇੰਟਰਨੈਸ਼ਨਲ ਸਿਚੁਏਸ਼ਨ ਦਾ, ਉਹ ਪੂਰੀ ਤਰ੍ਹਾਂ ਸਟੀਕ ਅਤੇ ਠੀਕ ਸੀ। ਅਤੇ ਮੁਕੰਮਲ ਯੋਜਨਾਬੰਦੀ ਇਹ ਸੀ ਕਿ ਫੌਜਾਂ ਵਿੱਚ ਕਿਸਮ ਦੀ ਬਗਾਵਤ ਪੈਦਾ ਹੋ ਗਈ, ਬੇਚੈਨੀ ਪੈਦਾ ਹੋ ਗਈ, ਫੌਜੀ ਜਾ ਕੇ ਯੂਰਪ ਦੇ ਵਿੱਚ ਮਰਨਾ ਨਹੀਂ ਚਾਹੁੰਦੇ, ਕਿਉਂ ਨਾ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਚੇਤਨ ਕਰਕੇ ਇਹ ਵਿਚਾਰ ਉਹਨਾਂ ਦੇ ਮਨ 'ਚ ਭਰਿਆ ਜਾਵੇ ਕਿ ਤੁਸੀਂ ਉੱਥੇ ਅੰਗਰੇਜ਼ਾਂ ਦੀ ਖਾਤਰ ਮੋਰਚਾ 'ਤੇ ਮਰਨ ਦੀ ਬਜਾਏ ਆਪਣੇ ਦੇਸ਼ ਨੂੰ ਯਾਦ ਕਰਾਉਣ ਦੀ ਖਾਤਰ ਕਿਉਂ ਨਹੀਂ ਕੁਰਬਾਨੀ ਕਰਦੇ। ਅਤੇ ਉਸ ਦੇ ਵਿੱਚ ਇਹਨੂੰ ਇੱਕ ਸਫਲਤਾ ਵੀ ਮਿਲੀ ਜੀ। ਰਾਈ ਸਾਹਿਬ, ਸਾਰੀ ਯੋਜਨਾਬੰਦੀ ਦੀ ਆਪਾਂ ਗੱਲ ਦੇਖੀ, ਪੰਜਾਬ ਦੇ ਵਿੱਚ ਆ ਕੇ ਗਦਰੀਆਂ ਨੇ ਕਿਵੇਂ ਯੋਜਨਾਬੰਦੀ ਸਾਰੀ ਉਲੀਕੀ, ਕੀ ਉਹਨਾਂ ਦੀ ਰੂਪਰੇਖਾ ਸੀਗੀ? ਇਹ ਦੇਖੋ ਜੀ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਦੋਂ ਗਦਰੀ ਆਏ ਉਹਨਾਂ ਨੇ ਪੰਜਾਬ ਦੇ ਵਿੱਚ ਦੋ ਸਾਉਣੀਆਂ ਜਿਹੜੀਆਂ ਸੀਗੀਆਂ ਮੁੱਖ ਤੌਰ 'ਤੇ ਉਹਨਾਂ 'ਚ ਬਗਾਵਤ ਕਰਨੀ ਸੀ। ਇੱਕ ਮੀਆਂ ਮੀਰ ਦੀ ਸਾਉਣੀ ਸੀਗੀ ਲਾਹੌਰ ਦੇ ਨੇੜੇ, ਜਿਹੜੀ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਅਸਲਾਖਾਨਾ ਸੀ। ਦੂਜੀ ਸੀਗੀ ਫਿਰੋਜ਼ਪੁਰ ਦੀ ਸਾਉਣੀ, ਜਿਹੜੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਸਾਉਣੀ ਸੀ। ਉੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਕੰਟੈਕਟ ਕੀਤਾ ਉਹ ਸਿੱਖ ਫੌਜੀਆਂ ਨਾਲ ਕੀਤਾ।
जी मियां मीर दे विच 23 नंबर पलटन सी ते फिरोजपुर दे विच 26 नंबर पलटन सी। ये दोनों पलटन दे सिखां वल्लों असला खाने दे चाबियां गदरियां नूं देणियां सी। इत्थों ही एक्शन करके गदरियां ने गदर आरंभ करना सी। सो इस करके जिहड़ा उन्हां दा इत्थे मुख बेस उसरिया वह बेस सिख फौजां च उसरिया। जिहड़ा उन्हों हंगारा मिलिया दूजा होर आम लोगों बेस उसरिया वह धार्मिक सिखां च उसरिया। जिमें कि भाई रणधीर सिंह दे जथे वालों धार्मिक सिखां जथा सी उन्होंने बहुत मुकम्मल हमायत मिली। 100-150 आदमी भाई रणधीर सिंह जथे दा गदर लहर दे विच शामिल होया। हाँ जी, ये भाई रणधीर सिंह दा अखंड कीर्तनी जथा सी जिहदे वालों गदरियां नूं हमायत मिली। फिर जो कुछ होर धार्मिक सिख सी जिमें कि भाई हरचंद सिंह रैस लैलपुरी आदि उन्होंने वालों भी गदर लहर नूं हमायत मिली है। जे गल कहनी होवे कि पंजाब दे विच जे किसी वर्ग वालों गदर लहर नूं भरमा ते कबूलमा हंगारा मिलिया वह सिर्फ तो सिर्फ ज सिख फौजा वालों मिलिया तो सिर्फ धर्म सिखा वालों मिलिया। जिमें कि भाई रणधीर सिंह की आप गल पे कर चुके हैं जी। गदरी बाबिया ने इन्ने वे पद्धर उत्ते जी योजनाबंदी उलीकी भारत आ के अपने मुल्क आज़ाद कराने की यह या सारी योजनाबंदी उन्होंने सफल हुई या असफल हुई? देखो गल यह नहीं होंगी लहर की सफलता ज असफलता लहर की महत्ता लहरां दी अहमियत नूं नहीं मापिया जा सकता। उन्होंने अटैम्प्ट की पहला गल की आ रूस के लेनिन ने अटैम्प्ट की रेवोल्यूशन करने के कामयाब हो गया। इन्हां वल्लों अटैम्प्ट की गई ये कामयाब नहीं हो गई। गल अटैम्प्ट दी आ उस वक्त दुनिया के सिर्फ दो ही वर्ग ने लेनिन के अगवाई दे विच कम्युनिस्ट पार्टी है इधर सिख गदरी है जिन्हां ने रेवोल्यूशन करन दी अंग्रेजां नूं कढ़न दी अटैम्प्ट की। यह अटैम्प्ट कामयाब नहीं हुई यह वक्री गल पर उन्होंने योजनाबंदी उन्होंने कुरबानी उन्होंने जज्बा उन्होंने पवित्र काज क्योंकि यह गल अहम जिहड़े सिख सीगे गदरी वह नरोल देश भगती जज्बे तो प्रेरित नहीं सी सिख सिद्धांतों तो सिख सपेट तो सिखी के जज्बे तो प्रेरित सी। उन्होंने देश की आजादी का मसला पवित्र धर्म युद्ध से जी महज कोई पोलिटिकल मामला नहीं सी वो धर्म युद्ध लेके चले ने उन्होंने जी विरासत वो बहुत कीमती है उन्होंने जी मोरलिटी है उन्होंने किरदार आ वह एक इतिहास का अंग ने। सो इस करके जे आप भारत का इतिहास नहीं कह सकते आजादी का इतिहास जिमें कि सिखा को बड़ा एक पुराना अपना शानदार इतिहास आ गदर लहर भी सिख इतिहास एक शानदार पन्ना बनया हुआ उन्होंने ये बहुत बड़ी देन यह लहर की सफलता असफलता नहीं माफ करती किसी लहर में। इस करके जी गदर लहर है वह सिख इतिहास के एक सुनहरी पन्ने वजो ही जानी जाती रहेगी। बेशक आप मान लीए भी गदरी बाबिया ने जो उदो कदम चक्या हैगा वह बहुत ज़्यादा इतिहासक ते योजनाबंदी नाल चक्या गया सी पर फिर भी जे धरातल ते देखा जाए तो यह किते ना किते असफल रही है ते जे असफल रही है ते इहदे की कारण ने? देखो सफलता दे कारण बहुत सारे होंगे ने कोई भी लहर होंदियां वो एकदम सफल नहीं होंदियां। रूस दे विच भी लेनिन होर वालों 1905 दे विच यतन किया गया सी वह इनकलाब असफल होया। लेनिन ने कहा सी कहिंदा इह तां रेवोल्यूशन की रिहर्सल सी लहर यह असफल हुई है पर इहदी सफलता दे बहुत सारे कारण ने। जिहड़ा मुख कारण जिथों तक मैं एनालिसिस किया वह आ इहदा डाके मारना जी। डाके मारने सलाह ज प्रोग्राम यह गदरियां का नहीं सी। जदों इतने बंगाली इनकलाबियों बुलाया तो उत्थे क्योंकि इन्हां कोले पैसा धेला जदों ये गदरी आए आ भारत दे विच कलकत्ते आदि बंदरगाहां दे विच नलतन दे सारे हथियार इन्हां नूं आप समुंदर सुट्टने पए फड़े जाण दे डरों तो जिन्ना पैसा सी अंग्रेजां वल्लों जब्त कर लिया गया सी। जिवें कि बाबा ज्वाला सिंह 30,000 रुपया लेके आए सी तो अंग्रेजा वालों 30,000 रुपये का 30,000 जब्त कर दिया जी। पैसे की तो बहुत तंगी सी तो यहाँ तक बंगालिया ने एक गलत सलाह दिती कि डाके मारे जाने डाके मारने नाल हुंदा है। हाँ जी, जेडे बाबे अपनी खुद की योजनाबंदी उलीक के भारत दे विच आउंदे ने ते इन्ने वड्डे पद्धर उत्ते फौजी विद्रोह भी करवाउंदे ने लोकां नूं भी अपने नाल जोड़दे ने वह इन्नी छोटी जी गल दे विच किवें आ गए? उस समय उन्हां दा मुख जिहड़ा आगू गदर लहर दा नाले कौन उत्थे सारी इस देखभाल कर रहे? गदर लहर दा जिहड़े बड़े बड़े सियाणे सी भाई करतार सिंह सरभा सीगा नौजवानां दे विचों ते बाबा नंदहान सिंह चुग्गा जी उहनूं जिहड़ा
श्री परमानंद झंसी गदर लहर दे शामिल सी, वह गदर लहर का ब्रेन कहिंदा ते सब तो एबलिस्ट मैन कहिंदा बाबा निधान सिंह चुग्गा नूं। बाबा निधान सिंह चुग्गा ने डाकिया का विरोध किया सी जी कि डाके ना मारे जाण। एक नानक सिंह राइस भदौड़ वाले सी, उन्होंने बड़े अमीर आदमी से भदौड़ हाउस उनके नाते बनया होया गा जिहड़ा लुधियाणे दे विच, उन्होंने भी गदरियां नूं एक गल ऑफर की सी कि जिन्ने पैसे चाहिए मैथों लो। पर की हो गया भी उस वक्त जदों इन्हां गल्लां दा बरीकी दे विच कई मनोवेग हुंदा लहरां दे विच, ये गल्लां दी अहमियत नहीं समझी जाती तो बंगालियां ने उन्हों सलाह दी कि डाके मार के पैसे इकट्ठे करो जी। गदरियां ने जो डाके मारे आ, डाके भी उन्हें पवित्र का समझ के मारे, लोगों को कहिंदे हुंदे सी जी कि थोड़े कोलों ये असीं डाका देश की खातर मार रहे हैं, पैसे लै रहे हैं जी, जिदे देश आजाद होगा सानू सारे पैसे मुड़े जाएंगे। पर इवें गल ने एक्शन ने एक तो गदरियां नूं डाकू बनाता, एक अंग्रेजा नूं मौका मिल गया कि उन्हां दे विच अपने एजेंट अपने जसूस घछोड़ते जिहदे नाल लहर दे विच बिरल पैदा होगी। सो इस करके जिहड़ी उन्हां दी सफलता का कारण आ, इहदी मुख तौर ते डाकां वाली नीति सफलता का कारण बनी आ, नहीं अदरवाइज़ तां गदरी सफलता दे बहुत नेड़े पहुँच गए सी। जे मियाँ मीर दी सौणी दे विच ते फिरोजपुर दी सौणी दे विच बगावत हो जाती तां लाजमी सी कि सारे पंजाब ने एकदम उठ खड़ना सी। ते सतिंदर नाथ सन्याल लिखते ने ਕਿਹੜੀਆਂ ਹੋਰ ਫੌਜਾਂ ਦੇ ਵਿੱਚ ਵੀ ਨੈੱਟਵਰਕ ਬਣਾਇਆ ਸੀ, ਮੇਰਠ ਸੌਣੀ ਦੇ ਵਿੱਚ, ਇਲਾਹਾਬਾਦ ਦੇ ਵਿੱਚ, ਫੈਜ਼ਾਬਾਦ ਦੇ ਵਿੱਚ, ਉਧਰੋਂ ਪਾਸਾ ਦੇ ਵਿੱਚ ਬੰਨੂ ਕਹਾੜ ਜੇਲ੍ਹਮ ਦੇ ਵਿੱਚ, ਉਹ ਸਾਰੀਆਂ ਫੌਜਾਂ ਨੇ ਬਗਾਵਤ ਕਰ ਦੇਣੀ ਸੀ ਅਤੇ ਸਾਰੀਆਂ ਫੌਜਾਂ ਨੇ ਪੰਜਾਬ ਦੇ ਵਿੱਚ ਇਕੱਠੇ ਹੋਣਾ ਸੀ ਅਤੇ ਲਾਜ਼ਮੀ ਸੀ ਕਿ ਪੰਜਾਬ ਦੇ ਵਿੱਚ ਇੱਕ ਖੁਦ ਮੁਖਤਿਆਰ ਰਾਜ ਕਾਇਮ ਕਰਕੇ ਫਿਰ ਉਹ ਭਾਰਤ ਦੇ ਤਖ਼ਤ ਵੱਲ ਨੂੰ ਤੁਰਦੇ ਜੀ। ਪਰ ਜੇ ਆ ਜਿਹੜੀ ਇਹ ਕਿਸੇ ਨੇ ਵਿਆਹੀ ਨਹੀਂ, ਇਸ ਕਰਕੇ ਜੇ ਦੇ ਨਾਲ ਉਹ ਸਾਰੀ ਲਹਿਰ ਜਿਹੜੀ ਹੈਗੀ ਆ ਫੇਲ ਹੋ ਗਈ। ਉਹਦਾ ਫੇਲ ਹੋਣ ਦਾ ਮੁੱਖ ਕਾਰਨ ਡਾਕੇ ਮਾਰਨਾ ਹੋਇਆ, ਜਿਹੜੀ ਕਿ ਸਲਾਹ ਗਲਤ ਬੰਗਾਲੀ ਇਨਕਲਾਬੀਆਂ ਵੱਲੋਂ ਦਿੱਤੀ ਗਈ ਸੀ ਜੀ। ਰਾਈ ਸਾਹਿਬ, ਇਸ ਗਦਰ ਲਹਿਰ ਦੀ ਇਸ ਅਸਫਲਤਾ ਤੋਂ ਬਾਅਦ ਗਦਰ ਲਹਿਰ ਦੇ ਲੋਕਾਂ 'ਤੇ ਅਤੇ ਆਮ ਲੋਕਾਂ ਦੇ ਉੱਤੇ ਇਸਦਾ ਕੀ ਪ੍ਰਭਾਵ ਪਿਆ ਅਤੇ ਇਤਿਹਾਸ ਦੇ ਵਿੱਚ ਇਹਨੇ ਕੀ ਪ੍ਰਭਾਵ ਛੱਡਿਆ? ਦੇਖੋ, ਗਦਰ ਲਹਿਰ ਦਾ ਜਿਹੜਾ ਪ੍ਰਭਾਵ ਆ, ਭਾਵੇਂ ਗਦਰ ਲਹਿਰ ਆਪਣੇ ਮਿਸ਼ਨ ਵਿੱਚ ਸਫਲ ਨਹੀਂ ਹੋ ਸਕੀ, ਅਸਫਲਤਾ ਬਹੁਤ ਵੱਡੀ ਕਲਹਿਣਾ ਕਲੰਕ ਹੁੰਦਾ, ਪਰ ਫਿਰ ਵੀ ਗਦਰ ਲਹਿਰ ਸਿੱਖਾਂ ਦੀ ਹਮੇਸ਼ਾ ਪ੍ਰੇਰਨਾ ਸਰੋਤ ਰਹੀ ਹੈ ਜੀ। ਜਿਵੇਂ ਕਰਤਾਰ ਸਿੰਘ ਸਰਾਭਾ ਨਾਇਕ ਰਿਹਾ, ਬਾਅਦ 'ਚ ਭਗਤ ਸਿੰਘ ਵੱਲੋਂ ਵੀ ਉਹਨੂੰ ਨਾਇਕ ਮੰਨਿਆ ਗਿਆ, ਇੱਥੋਂ ਤੱਕ ਕਿ ਸਿੱਖਾਂ ਦੇ ਵਿੱਚ ਆਮ ਤੌਰ 'ਤੇ ਆਪਣੇ ਬੱਚਿਆਂ ਦੇ ਨਾਂ ਕਰਤਾਰ ਸਿੰਘ ਦੇ ਨਾਂ 'ਤੇ ਉਹਦੀ ਕੁਰਬਾਨੀ ਤੋਂ ਬਾਅਦ ਆਮ ਰੱਖੇ ਜਾਂਦੇ ਰਹੇ ਨੇ। ਠੀਕ ਹੈ ਜੀ। ਸੋ ਇਸ ਕਰਕੇ ਗਦਰ ਲਹਿਰ ਨੇ ਆਪਣਾ ਇੱਕ ਇਤਿਹਾਸਕ ਪ੍ਰਭਾਵ ਛੱਡਿਆ, ਜਿਸ ਕਿਸਮ ਦੀ ਸੂਰਮਗਤੀ, ਜਿਸ ਕਿਸਮ ਦੀ ਸ਼ਹਾਦਤ ਪ੍ਰਾਤਮ ਸਿੱਖ ਇਤਿਹਾਸ ਦੇ ਵਿੱਚ ਮੌਜੂਦ ਸੀ ਜੀ, ਉਹਦੇ ਵਿੱਚ ਇੱਕ ਨਵਾਂ ਅਧਿਆਇ ਇਹਨਾਂ ਨੇ ਜੋੜਿਆ ਜੀ, ਜਿਹਦੇ ਨਾਲ ਸਿੱਖ ਮਨਾਂ ਅਤੇ ਸਿੱਖ ਸੱਭਿਆਚਾਰ ਦੇ ਵਿੱਚ ਇਹਦਾ ਬਹੁਤ ਜੀ ਵੱਖਰਾ ਪ੍ਰਭਾਵ ਪਿਆ, ਵੱਖਰਾ ਇੱਕ ਇਹਦਾ ਅਧਿਐਨ ਆ, ਵੱਖਰਾ ਅਧਿਆਇ ਜੁੜਿਆ। ਸੋ ਇਸ ਕਰਕੇ ਸਿੱਖ ਲਹਿਰ ਨੂੰ ਜਿਹੜਾ ਸਿੱਖ ਭਾਈਚਾਰਾ ਜੀ, ਉਹਦੇ ਵੱਲੋਂ ਬਹੁਤ ਸਨਮਾਨ ਦਿੱਤਾ ਗਿਆ, ਸਤਿਕਾਰ ਦਿੱਤਾ ਗਿਆ ਜੀ, ਅਤੇ ਗਦਰੀ ਨਾਇਕਾਂ ਨੂੰ ਆਪਣੇ ਨਾਇਕ ਸਮਝ ਕੇ ਪਿਆਰਿਆ ਗਿਆ, ਸਤਿਕਾਰਿਆ ਗਿਆ ਜੀ। ਗਦਰੀ ਬਾਬਿਆਂ ਦੇ ਵਿੱਚ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਦੇ ਪਿੱਛੇ ਕਿਤੇ ਖਾਲਸਾ ਰਾਜ ਦਾ ਜਿਹੜਾ ਸੰਕਲਪ ਸੀ ਉਹ ਚੱਲ ਰਿਹਾ ਸੀਗਾ ਕਿ ਨਹੀਂ, ਇਹ ਪੂਰੇ ਭਾਰਤ ਦੇ ਖਿੱਤੇ ਨੂੰ ਆਜ਼ਾਦ ਕਰਾਉਣ ਦੀ ਗੱਲ? ਇਹਨਾਂ ਦੇ ਵਿੱਚ ਜਿਹੜਾ ਗੱਲ ਸੀਗੀ ਉਸ ਵਕਤ ਦਾ ਜਿਹੜਾ ਸੀਗਾ ਮਿਸ਼ਨ, ਉਹ ਤਾਂ ਵੱਡਾ ਸੀ ਕਿ ਪੂਰੇ ਭਾਰਤ ਨੂੰ ਮੁਕੰਮਲ ਆਜ਼ਾਦ ਕਰਾਇਆ ਜਾਵੇ ਜੀ, ਕਿਉਂਕਿ ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ। ਇਹਨਾਂ ਨੇ ਲੜ ਭਿੜ ਕੇ ਦੇਖ ਲਿਆ ਸੀ, ਜਦੋਂ 1849 ਦੇ ਵਿੱਚ ਅੰਗਰੇਜ਼ਾਂ ਨੇ ਸਿੱਖ ਰਾਜ 'ਤੇ ਕਬਜ਼ਾ ਕਰ ਲਿਆ ਸੀ ਤਾਂ ਉਸ ਤੋਂ ਬਾਅਦ ਸਿੱਖਾਂ ਵੱਲੋਂ ਅੰਗਰੇਜ਼ਾਂ ਦੇ ਖਿਲਾਫ਼ ਬਗਾਵਤਾਂ ਉੱਠੀਆਂ। ਭਾਈ ਮਹਾਰਾਜ ਸਿੰਘ ਦੀ ਬਗਾਵਤ ਹੋਈ, ਬਾਬਾ ਰਾਮ ਸਿੰਘ ਦੀ ਅਗਵਾਈ ਸਿੱਖ ਰਾਜ ਸਥਾਪਿਤ ਕਰਨ ਲਈ ਕੂਕਾ ਲਹਿਰ ਉੱਠੀ, ਹੋਰ ਵੀ ਬਗਾਵਤਾਂ ਹੋਈਆਂ। ਸਿੱਖਾਂ ਨੇ ਇਹ ਗੱਲ ਸਿਆਣੇ ਹੋ ਕੇ ਸਮਝ ਲਈ ਸੀ ਕਿ ਹੁਣ ਅੰਗਰੇਜ਼ਾਂ ਨਾਲ ਇਕੱਲੇ ਦੇ ਇਕੱਲੇ ਲੜ ਭਿੜ ਕੇ ਕੁਛ ਨਹੀਂ ਬਣਨਾ, ਨੁਕਸਾਨ ਕਰਵਾ ਲਾਂਗੇ। ਉਹਨਾਂ ਨੇ ਤਾਂ ਵੱਡਾ ਮਿਸ਼ਨ ਸੀ ਉਹਨਾਂ ਕੋਲ ਕਿ ਪੂਰੇ ਭਾਰਤ ਨੂੰ ਆਜ਼ਾਦ ਕਰਵਾਇਆ ਜਾਵੇ। ਜੇ ਪੂਰਾ ਭਾਰਤ ਆਜ਼ਾਦ ਹੁੰਦਾ ਸੀ, ਭਾਈ ਰਣਧੀਰ ਸਿੰਘ ਨੇ ਜਿਵੇਂ ਕਿਹਾ ਕਿ ਸਾਡਾ ਰਾਜ ਕਾਜ ਨਾਲ ਕੋਈ ਮਸਲਾ ਨਹੀਂ, ਅੰਗਰੇਜ਼ਾਂ ਨੂੰ ਕੱਢਣ ਦਾ ਮਕਸਦ ਇਹ ਹੈ ਕਿ ਜਿੰਨਾ ਚਿਰ ਅੰਗਰੇਜ਼ਾਂ ਨੂੰ ਨਹੀਂ ਕੱਢਦੇ ਜੀ ਮੁਲਕ ਆਜ਼ਾਦ ਹੋਏ ਬਿਨਾਂ, ਨਾ ਸਾਡਾ ਧਰਮ ਬਚੇ, ਨਾ ਸਾਡਾ ਸੱਭਿਆਚਾਰ ਬਚੇ, ਨਾ ਸਾਡੇ ਗੁਰਦੁਆਰੇ ਆਜ਼ਾਦ ਹੋਣ ਜੀ। ਉਹਨਾਂ ਸਾਹਮਣੇ ਮਿਸ਼ਨ ਤਾਂ ਆਪਣਾ ਇਹੀ ਸੀ ਕਿ ਜੇਕਰ ਮੁਲਕ ਆਜ਼ਾਦ ਹੁੰਦਾ ਸਾਡਾ ਧਰਮ ਅਤੇ ਸਾਡਾ ਸੱਭਿਆਚਾਰ ਫਿਰ ਹੀ ਬਚ ਸਕਦਾ, ਫਿਰ ਬਚ। ਸੋ ਇਸ ਕਰਕੇ ਭਾਵੇਂ ਉਹ ਖਾਲਸਾ ਰਾਜ ਨਹੀਂ ਸੀ ਕਾਇਮ ਕਰਨਾ ਚਾਹੁੰਦੇ, ਪਰ ਸਤਿੰਦਰ ਨਾਥ ਸਨਿਆਲ ਨੇ ਤਾਂ ਗੱਲ ਕਹੀ ਆ ਕਿ ਜਿਹੜੇ ਸਿੱਖ ਗਦਰੀ ਸੀ ਉਹ ਸਿੱਖ ਰਾਜ ਕਾਇਮ ਕਰਨਾ ਚਾਹੁੰਦੇ ਸੀ, ਉਹਨੇ ਆਪਣੀ ਪੁਸਤਕ ਬੰਦੀ ਜੀਵਨ ਦੇ ਵਿੱਚ ਕਹੀ ਆ। ਪਰ ਹੋਰ ਸਾਹਮਣੇ ਕੋਈ ਬਹੁਤੀ ਗੱਲ ਨਹੀਂ ਆਈ, ਭਾਵਨਾ ਭਾਵੇਂ ਉਹਨਾਂ ਦੀ ਇਹੀ ਹੋਵੇ ਜੀ। ਇਹ ਗੱਲ ਵੀ ਅਹਿਮ ਆ ਕਿ ਜਦੋਂ ਗਦਰੀਆਂ ਵੱਲੋਂ ਲਾਹੌਰ ਦੇ ਵਿੱਚ ਝੰਡਾ ਬਣਵਾਇਆ ਗਿਆ,
ਉਹਦੇ ਵਿੱਚ ਸਤਿੰਦਰ ਨਾਥ ਸਨਿਆਲ ਕਹਿੰਦਾ ਕਿ ਸਿੱਖਾਂ ਨੇ ਜ਼ੋਰ ਪਾ ਕੇ ਸਿੱਖਾਂ ਦਾ ਕੇਸਰੀ ਰੰਗ ਉਹ 'ਚ ਵੱਧ ਪਵਾਇਆ ਜੀ ਕਿ ਉਹਨੂੰ ਅਹਿਸਾਸ ਹੋਊਗਾ ਸੀ ਕਿ ਉਹ ਬਗਾਵਤ ਸਿੱਖ ਕਰ ਰਹੇ ਨੇ ਤਾਂ ਜਿਹੜਾ ਝੰਡੇ ਦੇ ਵਿੱਚ ਸਿੱਖਾਂ ਦਾ ਹੀ ਸਭ ਤੋਂ ਵੱਧ ਰੰਗ ਹੋਣਾ ਚਾਹੀਦਾ ਹੈ ਜੀ ਸੋ ਇਸ ਕਰਕੇ ਗਦਰੰਗਾਂ ਦਾ ਜਿਹੜਾ ਵੱਡਾ ਮਸਲਾ ਤਾਂ ਪੂਰੇ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਹੀ ਸੀ ਪਰ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਪਿੱਛੋਂ ਦਾ ਜਿਹੜਾ ਮਕਸਦ ਸੀ ਉਹ ਇਹ ਸੀ ਕਿ ਆਜ਼ਾਦ ਮੁਲਕ ਦੇ ਵਿੱਚ ਹੀ ਸਾਡਾ ਧਰਮ ਸਾਡਾ ਸੱਭਿਆਚਾਰ ਅਤੇ ਸਾਡੇ ਗੁਰੂ ਘਰ ਬਰਕਰਾਰ ਰਹਿ ਸਕਦੇ ਹਨ ਜੀ ਵਰਨਾ ਅੰਗਰੇਜ਼ਾਂ ਦੀ ਗੁਲਾਮੀ ਨਾਲ ਇਹ ਖਤਮ ਹੋ ਜਾਣਗੇ ਜੀ ਸੋ ਅਸਲ ਮਕਸਦ ਆਪਣੀ ਸੱਭਿਆਚਾਰ ਅਤੇ ਆਪਣੀ ਸਿੱਖ ਪਹਿਚਾਣ ਨੂੰ ਬਿਲਕੁਲ ਉਸੇ ਤਰ੍ਹਾਂ ਲਾਗੂ ਕਰਵਾਉਣਾ ਸੀਗਾ ਜਿਵੇਂ ਉਹਨਾਂ ਦੇ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਦਿੱਤੀ ਹੈ ਗਦਰ ਲਹਿਰ ਦਾ ਬਹੁਤ ਜ਼ਿਆਦਾ ਵੱਡਾ ਇਤਿਹਾਸ ਹੈ ਜੋ ਇੱਕ ਐਪੀਸੋਡ ਦੇ ਵਿੱਚ ਨਹੀਂ ਸਮਾ ਸਕਦਾ ਅਸੀਂ ਇਹ ਗੱਲਬਾਤ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਤੁਹਾਡੇ ਸਾਹਮਣੇ ਫਿਰ ਲੈ ਕੇ ਆਵਾਂਗੇ ਰਾਈ ਸਾਹਿਬ ਅੱਜ ਦੀ ਸਾਰੀ ਗੱਲਬਾਤ ਦਾ ਤੁਸੀਂ ਕੀ ਨਿਚੋੜ ਕੱਢਦੇ ਹੋ ਅਤੇ ਸੰਗਤਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਮੇਰੀ ਸੰਗਤ ਅੱਗੇ ਇਹੀ ਬੇਨਤੀ ਹੈ ਕਿ ਗਦਰ ਲਹਿਰ ਜਿਹੜੀ ਹੈਗੀ ਆ ਇਹਦਾ ਬਹੁਤ ਸ਼ਾਨਦਾਰ ਇਤਿਹਾਸ ਆ ਸਾਨਾ ਮੱਤਾ ਇਤਿਹਾਸ ਦਾ ਕਾਂਡ ਆ ਭਾਵੇਂ ਕਿ ਇਹਦੇ ਵਿੱਚ ਬਹੁਤ ਵੱਡੇ ਵਿਗਾੜ ਪੈਦਾ ਕੀਤੇ ਗਏ ਨੇ ਇਤਿਹਾਸਕਾਰਾਂ ਵੱਲੋਂ ਪਰ 100 ਸਾਲਾਂ ਬਾਅਦ ਹੁਣ ਚੰਗੇ ਸਕਾਲਰ ਚੰਗੇ ਵਿਦਵਾਨ ਇਸ ਗੱਲ ਦੇ ਆਏ ਨੇ ਕਿ ਜਿਹੜੇ ਬੰਦਿਆਂ ਦੀ ਲਹਿਰ ਸੀ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤਾ ਕਿ 90% ਸਿੱਖ ਸਨ ਜੀ 10% ਹਿੰਦੂ ਅਤੇ ਮੁਸਲਮਾਨ ਸਨ ਸੋ ਜਿਹਦੇ ਕਾਰਨ ਸਿੱਖਾਂ ਦੀ ਲਹਿਰ ਬਣਦੀ ਹੈ ਪਰ ਜਿਹੜੇ ਹੋਰ ਇਤਿਹਾਸ ਹੁਣ ਤੱਕ ਲਿਖਿਆ ਗਿਆ ਉਹਨਾਂ ਨੇ ਵਿਗਾੜ ਕੇ ਉਹਨੂੰ ਭਾਰਤੀਆਂ ਦੀ ਹਿੰਦੁਸਤਾਨੀ ਦੀ ਲਹਿਰ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੋ ਹੁਣ ਵਕਤ ਆ ਗਿਆ ਕਿ ਸਾਰੀ ਜਿਹੜੀ ਸੰਗਤ ਆ ਸਾਰੇ ਲੋਕ ਆ ਇਸ ਲਹਿਰ ਨੂੰ ਉਹਦੇ ਅਸਲੀ ਰੂਪ ਵਿੱਚ ਸਮਝਣ ਅਤੇ ਇਹਨੂੰ ਅਸਲੀ ਰੂਪ ਦੇ ਵਿੱਚ ਹੀ ਪ੍ਰਵਾਨ ਕਰਨ ਸੋ ਹੁਣ ਇਹ ਜਿਹੜਾ ਮੇਰੇ ਵੱਲੋਂ ਵੀ ਯਤਨ ਹੋ ਰਿਹਾ ਹੋਰ ਵਿਦਵਾਨਾਂ ਵੱਲੋਂ ਵੀ ਯਤਨ ਹੋ ਰਹੇ ਨੇ ਜਿਵੇਂ ਸਰਦਾਰ ਅਜਮੇਰ ਸਿੰਘ ਹੋਰਾਂ ਵੱਲੋਂ ਕਿ ਜੋ ਅਸਲ ਲੋਕਾਂ ਦੀ ਲਹਿਰ ਸੀ ਜਿਨ੍ਹਾਂ ਲੋਕਾਂ ਦੀ ਲਹਿਰ ਸੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਲੋਕਾਂ ਨੂੰ ਸਾਹਮਣੇ ਲਿਆਂਦਾ ਜਾਵੇ ਜਿਹੜੇ ਇਤਿਹਾਸ ਦੇ ਵਿੱਚ ਦੱਬੇ ਗਏ ਸੀ ਜਾਂ ਦਬਾ ਦਿੱਤੇ ਗਏ ਸੀ ਦਬਾ ਦਿੱਤੇ ਹਾਂਜੀ ਜੀ ਅੱਜ ਦਾ ਪ੍ਰੋਗਰਾਮ ਦਰਸ਼ਕਾਂ ਨੂੰ ਕਿਵੇਂ ਲੱਗਿਆ ਤੁਸੀਂ ਸਾਨੂੰ ਆਪਣੇ ਸੁਝਾਅ ਫੀਡਬੈਕ @sikhsiyasat.com 'ਤੇ ਭੇਜ ਸਕਦੇ ਹੋ ਇਹ ਪ੍ਰੋਗਰਾਮ ਤੁਸੀਂ sikhsiyasat.net ਦੇ ਉੱਤੇ ਵੀ ਦੇਖ ਸਕਦੇ ਹੋ ਇਸੇ ਕੜੀ ਨੂੰ ਅਗਲੇ ਐਪੀਸੋਡ ਦੇ ਵਿੱਚ ਜਾਰੀ ਰੱਖਾਂਗੇ ਰਾਈ ਸਾਹਿਬ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਕੇ ਦਰਸ਼ਕਾਂ ਨਾਲ ਗੱਲਬਾਤ ਕਰਕੇ ਤੁਸੀਂ ਸਾਨੂੰ ਬੜੇ ਅਹਿਮ ਪੱਖ ਦਿੱਤੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ